kids, welcome to my channel Miss Exam Paper. आज ਅਸੀਂ 10ਵੀਂ ਜਮਾਤ ਦੇ ਤਿਆਰੀ ਲਈ ਪ੍ਰੀ ਬੋਰਡ ਐਂਡ ਫਾਈਨਲ ਐਗਜ਼ਾਮ ਜਿਹੜੇ ਚੱਲ ਰਹੇ ਦੋਸਤੋ ਪ੍ਰੀ ਬੋਰਡ ਐਂਡ ਫਾਈਨਲ ਐਗਜ਼ਾਮ ਵੀ ਤੁਹਾਡੀ ਸਹੂਲਤ ਦੋਸਤੋ ਇਹ ਉਹ ਪੇਪਰ ਆਊਗਾ ਠੀਕ ਹੈ ਇਹਦੇ ਵਿੱਚ ਕੁਐਸਚਨ ਆ ਸਕਦੇ ਜਿਹੜਾ ਪੰਜਾਬ ਗਵਰਨਮੈਂਟ ਨੇ ਲਾਂਚ ਕੀਤਾ ਪੇਪਰ PSEB ਨੇ ਉਹ ਤੁਹਾਨੂੰ ਕਰਾਉਂਗੇ ਦੋਸਤੋ ਠੀਕ ਹੈ ਸਮਾਂ ਤੁਹਾਨੂੰ 3 ਘੰਟੇ ਤੇ ਟੋਟਲ ਅੰਕ ਹੋਣਗੇ 80 ਠੀਕ ਹੈ ਦੋਸਤੋ ਫਿਰ ਦੀ ਸੋਲਵ ਕਰਾਂਗੇ ਆਪਾਂ ਕਲਾਸ 10th ਸਬਜੈਕਟ ਸਾਇੰਸ ਦਾ ਪੇਪਰ ਆ ਪੰਜਾਬੀ ਮੀਡੀਅਮ ਵਿੱਚ ਇੰਗਲਿਸ਼ ਮੀਡੀਅਮ ਦੇ ਬਾਰੇ ਬੱਚਿਆਂ ਦੇ ਮੈਂ ਪੇਪਰ ਮੈਂ ਪਾਇਆ ਹੋਇਆ ਦੋਸਤੋ ਚੈਨਲ 'ਤੇ ਜਾ ਕੇ ਦੇਖ ਸਕਦੇ ਹੋ ਠੀਕ ਆ ਸੋ ਸਟਾਰਟ ਕਰਦੇ ਹਾਂ ਆਪਾਂ ਹਾਂਜੀ ਜੇਕਰ ਚੈਨਲ 'ਤੇ ਕੁਛ ਬੱਚੇ ਨਵੇਂ ਜਿਹੜੇ ਵਿਜਿਟ ਕਰ ਰਹੇ ਦੋਸਤੋ ਉਹਨਾਂ ਨੂੰ ਬੇਨਤੀ ਹੈ ਕਿ ਚੈਨਲ ਨੂੰ ਸਬਸਕ੍ਰਾਈਬ ਕਰ ਲਵੇ ਤਾਂ ਜੋ ਉਹਨੂੰ ਵੀਡੀਓ ਦੀ ਨੋਟੀਫਿਕੇਸ਼ਨ ਮਿਲਦੀ ਰਹੇ ਸੋ ਸਟਾਰਟ ਕਰਦੇ ਟਾਈਮ ਵੇਸਟ ਨਾ ਕਰਦੇ ਹੋਏ ਫਸਟ ਕੁਐਸਚਨ ਹੈ ਆਪਣਾ Fe2O3 ਪਲੱਸ 2AL ਆਪਣੇ ਕੋਲ ਬਣਦਾ Al2O3 ਪਲੱਸ 2Fe ਇਹ ਪ੍ਰਤੀਕਿਰਿਆ ਹੈ ਹਾਂਜੀ ਕਿਹੜੀ ਪ੍ਰਤੀਕਿਰਿਆ ਹੈ ਹਾਂਜੀ ਦੇਖੋ ਆਇਰਨ ਨੂੰ ਵਿਸਥਾਪਿਤ ਕਰਤਾ ਨਾ ਐਲੂਮੀਨੀਅਮ ਨੇ ਆਹ ਦੇਖੋ Fe ਨੂੰ L ਦੀ ਜਗ੍ਹਾ ਲੈ ਲੈਣ ਇਸ ਲਈ ਵਿਸਥਾਪਨ ਕਿਰਿਆ ਡੀ ਆਪਸ਼ਨ ਇਜ਼ ਰਾਈਟ ਆਨਸਰ ਸੈਕਿੰਡ ਕੁਐਸਚਨ ਹੈ ਦੋਸਤੋ ਹਾਂਜੀ ਦੇਖ ਲੈਂਦੇ ਆਪਾਂ ਹਾਂਜੀ ਹੇਠ ਲਿਖਿਆ ਵਿੱਚੋਂ ਕਿਹੜੀ ਕਿਸਮ ਦੀ ਦਵਾਈ ਬਦਹਜ਼ਮੀ ਦਾ ਇਲਾਜ ਕਰਨ ਲਈ ਵਰਤੀ ਜਾਂਦੀ ਹੈ ਹਾਂਜੀ ਬਦਹਜ਼ਮੀ ਦੀ ਇਲਾਜ ਕਿਹੜੀ ਵਰਤੀ ਜਾਂਦੀ ਦੋਸਤੋ ਐਂਟੀ ਐਸਿਡ ਬਿਲਕੁਲ ਰਾਈਟ ਆਨਸਰ ਥਰਡ ਕੁਐਸਚਨ ਆਪਣਾ ਬੁੱਝੇ ਹੋਏ ਚੂਨੇ ਦਾ ਰਸਾਇਣਿਕ ਨਾਂ ਹੈ ਹਾਂਜੀ ਕੀ ਰਸਾਇਣਿਕ ਨਾਮ ਹੈ ਕੈਲਸ਼ੀਅਮ ਆਕਸਾਈਡ ਸੀ ਆਪਸ਼ਨ ਇਜ਼ ਰਾਈਟ ਆਨਸਰ ਜੇਕਰ ਤੁਸੀਂ ਰਿਚਮੈਂਟ ਕਮੈਂਟ 'ਚ ਵੀ ਆਪਣਾ ਆਨਸਰ ਦੇ ਸਕਦੇ ਹੋ ਦੋਸਤੋ ਠੀਕ ਹੈ ਅਤੇ ਕਿਰਿਆਸ਼ੀਲਤਾ ਲੜੀ ਵਿੱਚ ਸਭ ਤੋਂ ਵੱਧ ਕਿਰਿਆਸ਼ੀਲਤਾ ਕਿਹੜੀ ਹੈ ਹਾਂਜੀ ਕਾਰ ਆਈ ਥਿੰਕ ਕੈਲਸ਼ੀਅਮ ਹੋਣਾ ਚਾਹੀਦਾ ਮੈਗਨੀਸ਼ੀਅਮ ਤਾਂ ਹੋ ਨਹੀਂ ਸਕਦਾ ਠੀਕ ਹੈ ਕੇ ਆਪਸ਼ਨ ਕੇ ਆਉਣਾ ਠੀਕ ਹੈ ਦੋਸਤੋ ਡੀ ਆਪਸ਼ਨ ਇਜ਼ ਰਾਈਟ ਆਨਸਰ ਠੀਕ ਹੈ ਦੋਸਤੋ ਅੱਗੇ ਕਰੀਏ ਹਾਂਜੀ ਅਗਲਾ ਕੁਐਸਚਨ ਹੈ ਆਪਣਾ 5th ਕੁਐਸਚਨ ਹਾਂਜੀ ਦੋਸਤੋ ਬਿਊਟੇਨੋਨ 4 ਕਾਰਬਨ ਯੋਜਿਕ ਹੈ ਜਿਸ ਦਾ ਕਿਰਿਆਤਮਕ ਸਮੂਹ ਹਾਂਜੀ ਕਿਰਿਆਤਮਕ ਸਮੂਹ ਕੀ ਹੈ ਦੋਸਤੋ ਕੀਟੋਨ ਸੀ ਆਪਸ਼ਨ ਇਜ਼ ਰਾਈਟ ਆਨਸਰ 6th ਕੁਐਸਚਨ ਹੈ ਆਪਣਾ ਮੈਂਡਲੀਵ ਆਵਰਤੀ ਨਿਯਮ ਅਨੁਸਾਰ ਆਵਰਤੀ ਸਾਰਨੀ ਵਿੱਚ ਤੱਤਾਂ ਦੀ ਵਿਵਸਥਾ ਹੈ ਹਾਂਜੀ ਕਿਹਦੇ ਮੈਂਡਲੀਵ ਦੇ ਅਨੁਸਾਰ ਆਵਰਤੀ ਸਾਰਨੀ ਵਿੱਚ ਕੀ ਤੱਤਾਂ ਦੀ ਵਿਵਸਥਾ ਹੈ ਹਾਂਜੀ ਦੋਸਤੋ ਸੀ ਆਪਸ਼ਨ ਇਜ਼ ਰਾਈਟ ਆਨਸਰ ਪਰਮਾਣੂ ਪੁੰਜ ਦੇ ਵਾਧੇ ਕ੍ਰਮ ਵਿੱਚ ਅਗਲਾ ਕੁਐਸਚਨ ਦੋਸਤੋ ਮਨੁੱਖ ਵਿੱਚ ਗੁਰਦੇ ਇੱਕ ਤੰਤਰ ਦਾ ਭਾਗ ਹੈ ਭਾਗ ਹਨ ਜੋ ਸੰਬੰਧਿਤ ਹਨ ਹਾਂਜੀ ਦੋਸਤੋ ਗੁਰਦਾ ਕੀ ਕੰਮ ਕਰਦਾ ਹੈ ਮਨ ਨਿਕਾਲ ਲਾਈ ਸਰੀਰ ਕਿਹਦੇ ਨਾਲ ਸੰਬੰਧ ਹੋਗਾ ਦੋਸਤੋ ਮਲ ਤਿਆਗ ਪ੍ਰਣਾਲੀ ਨਾਲ ਠੀਕ ਹੈ ਦੋਸਤੋ ਸੋ ਮਲ ਤਿਆਗ ਆ ਜਾਣਾ ਅੱਗੇ ਕਰਦੇ ਹਾਂ ਦੋਸਤੋ ਹਾਂਜੀ 8ਵਾਂ ਕੁਐਸਚਨ ਹੈ ਦੋਸਤੋ ਹਾਂਜੀ ATP ਦਾ ਪੂਰਾ ਨਾਂ ਕੀ ਹੈ ਹਾਂਜੀ ATP ਦਾ ਪੂਰਾ ਨਾਂ ਤੁਹਾਨੂੰ ਯਾਦ ਹੋਣਾ ਐਂਡੀਨੋਸਿਨ ਟ੍ਰਾਈਫਾਸਫੇਟ ਠੀਕ ਹੈ ਬੀ ਆਪਸ਼ਨ ਸਮੈਲ ਚੈੱਕ ਕਰੇ ਦੋਸਤੋ ਇਸ ਤਰ੍ਹਾਂ ਆ ਸਕਦਾ ਅਤੇ ਬੀ ਆਪਸ਼ਨ ਇਜ਼ ਰਾਈਟ ਆਨਸਰ ਅਗਲਾ ਕੁਐਸਚਨ ਦੋ ਨਾੜੀ ਸੈੱਲ ਵਿਚਕਾਰ ਖਾਲੀ ਥਾਂ ਨੂੰ ਕੀ ਕਹਿੰਦੇ ਹਨ ਹਾਂਜੀ ਸਾਈਨੈਪਸ ਬੀ ਆਪਸ਼ਨ ਇਜ਼ ਰਾਈਟ ਆਨਸਰ ਅਗਲਾ ਕੁਐਸਚਨ ਸਮਜਾਤ ਅੰਗਾਂ ਦਾ ਉਦਾਹਰਣ ਹੈ ਹਾਂਜੀ ਉਦਾਹਰਣ ਕੀ ਆ ਪੜ੍ਹਨਾ ਪੈਣਾ ਆਪਾਂ ਨੂੰ ਸਾਡਾ ਹੱਥ ਅਤੇ ਕੁੱਤੇ ਦਾ ਅਗਲਾ ਪੈਰ ਇਹ ਵੀ ਹੈਗਾ ਸਾਡੇ ਦੰਦ ਅਤੇ ਹਾਥੀ ਦੇ ਦੰਦ ਇਹ ਵੀ ਹੈਗਾ ਆਸੀ ਆਪਸ਼ਨ ਆਲੂ ਅਤੇ ਘਾਹ ਦੀਆਂ ਤੀਰਾਂ ਇਹ ਵੀ ਹੈਗਾ ਸੋ ਉਪਰੋਕਤ ਸਾਰੇ ਡੀ ਆਪਸ਼ਨ ਇਜ਼ ਰਾਈਟ ਆਨਸਰ ਅਤੇ ਦੋਸਤੋ ਇੱਕ ਗੱਲ ਕਰ ਦੇਣਾ ਜੇਕਰ ਕੋਈ ਚਾਂਸ ਕੋਈ ਕੁਐਸਚਨ ਰਹਿ ਜਾਵੇ ਕਿਉਂਕਿ ਹੋ ਸਕਦਾ ਬਾਈ ਚਾਂਸ ਗਲਤੀ ਹੋ ਜਾਵੇ ਤਾਂ ਮੈਂ ਤੁਹਾਨੂੰ ਕਮੈਂਟ 'ਚ ਵੀ ਆਨਸਰ ਪਾਊਂਗਾ ਠੀਕ ਹੈ ਦੋਸਤੋ ਵੈਸੇ ਗਲਤੀ ਨਹੀਂ ਹੋਇਆ ਕੋਈ ਬਾਈ ਚਾਂਸ ਦੋਸਤੋ ਕਈ ਵਾਰ ਹੋ ਜਾਂਦੇ ਦੋਸਤੋ ਠੀਕ ਹੈ ਤੋ ਕਮੈਂਟ 'ਚ ਇੱਕ ਵਾਰ ਚੈੱਕ ਕਰ ਲਿਓ ਕੋਸ਼ਿਕਾ ਵਿੱਚ ਪ੍ਰੋਟੀਨ ਸੰਸਲੇਸ਼ਨ ਲਈ ਸੂਚਨਾ ਸਰੋਤ ਕਿਸ ਵਿੱਚ ਮੌਜੂਦ ਹੁੰਦਾ ਹੈ ਹਾਂਜੀ ਕਿਸ ਵਿੱਚ ਮੌਜੂਦ ਹੁੰਦਾ ਹੈ ਦੋਸਤੋ ਇਹਦਾ ਆਨਸਰ ਦੋਸਤੋ ਤੁਸੀਂ ਦੱਸਿਓ ਮੈਨੂੰ ਕਮੈਂਟ 'ਚ ਠੀਕ ਹੈ ਦੋਸਤੋ ਜੇਕਰ ਨਾ ਲੱਭਿਆ ਤਾਂ ਮੈਂ ਤੁਹਾਨੂੰ ਪਾਈ ਦੂੰਗਾ ਦੋਸਤੋ ਕਮੈਂਟ 'ਚ ਚੈੱਕ ਕਰ ਲਿਓ ਇੱਕ ਵਾਰ ਠੀਕ ਹੈ ਦੋਸਤੋ ਅਗਲਾ ਕੁਐਸਚਨ ਆਪਾਂ ਕਰਦੇ ਹਾਂ ਕਿਸੇ ਵਸਤੂ ਦਾ ਅਵਤਲ ਦਰਪਣ ਦੁਆਰਾ ਬਣਿਆ ਪ੍ਰਤੀਬਿੰਬ ਸਿੱਧਾ ਅਤੇ ਬਿੰਬ ਤੋਂ ਵੱਡਾ ਸੀ ਵਸਤੂ ਬਿੰਬ ਸਥਿਤੀ ਉਹ ਸਥਿਤੀ ਹੋਣੀ ਚਾਹੀਦੀ ਹੈ ਹਾਂਜੀ ਕਿਹੜੀ ਸਥਿਤੀ ਹੋਣੀ ਚਾਹੀਦੀ ਦੋਸਤੋ ਇਹ ਆਪਸ਼ਨ ਮੁੱਖ ਫੋਕਸ ਅਤੇ ਵਕਰਤਾ ਕੇਂਦਰ ਦੇ ਵਿਚਕਾਰ ਬੀ ਆਪਸ਼ਨ ਵਕਰਤਾ ਕੇਂਦਰ ਉੱਤੇ ਸੀ ਆਪਸ਼ਨ ਵਕਰਤਾ ਕੇਂਦਰ ਤੋਂ ਪਰੇ
या डी ऑप्शन दर्पण दे ध्रुव अती मुख फोकस विचकार। सो डी ऑप्शन इज राइट आंसर, दर्पण दे ध्रुव अती मुख फोकस दे विचकार। ठीक है, अगला क्वेश्चन दोस्तों। हाँ जी, दंदा दे डॉक्टर द्वारा आम तौर पर वरतों विच लियाउण वाला दर्पण केड़ा दोस्तों? दंदा देखण लई दोस्तों अवतल दर्पण सारिआं नूं पता होणा दोस्तों, तो अवतल दर्पण इज राइट आंसर। 14वां क्वेश्चन है अपना, ना निव्याउण योग स्रोत केड़े हन दोस्तों? सूरजी ऊर्जा ये निव्याउण योग, पवन ऊर्जा भी हैगा निव्याउण योग, पानी ये भी हैगा निव्याउण योग, तो कुदरती गैस जिहड़ी उह है नहीं ना निव्याउण योग। ठीक है, ना निव्याउण योग दोस्तों, जिहनूं एक वार मुक्कण दी आवे तां उहनूं बनण च लखां करोड़ां साल लग जांदे दोस्तों। ठीक है दोस्तों, तो 15वां क्वेश्चन है अपना, इन्हां विच्चों किस नाल सब तो घट प्रदूषण हुंदा है? हाँ जी, किस नाल सब तो घट प्रदूषण हुंदा है? कोला, पेट्रोल, सूरजी सैल या लकड़ी? सो मैनू राइट आंसर ज्यादा लगता दोस्तों सूरजी सैल दोस्तों। ठीक है, बाकी लकड़ी ना भी हुंदा है, पेट्रोल ना भी हुंदा, तो कोला ना भी हुंदा दोस्तों, सो सूरजी सैल होगा दोस्तों। अगला क्वेश्चन दोस्तों, हाँ जी, हेठ लिखियां विच्चों समूहां विच्चों केवल जैव विघटनशील पदार्थ हन? केक, लकड़ी, ए ऑप्शन है घा, फुल अते चमड़ा, बी ऑप्शन घा, लकड़ी अते प्लास्टिक, सी ऑप्शन फुल्लां दे चिलड़, केक अते नींबू दा रस, डी ऑप्शन है केक, लकड़ी ते घा। सो इहदा आंसर तुसीं दिओ दोस्तों, मैनूं इहदा भी नहीं लब्भा दोस्तों। ठीक है, अगला क्वेश्चन हैगा, गंगा सफाई योजना कदों शुरू हुई? हाँ जी, सी ऑप्शन इज राइट आंसर, 1985 ईस्वी नूं। ठीक है दोस्तों, जे इहदा आंसर नहीं मैनूं लब गया दोस्तों, सब तो पुछ के तुहानूं कमेंट च पा दूंगा दोस्तों। ठीक है, अगे करदे हां दोस्तों, अगे भाग ऐड़ा स्टार्ट हो जांदा दोस्तों, ते तीन तीन क्वेश्चन पढ़ी जावांगे ते नाल नाल आंसर करी जावांगे। फस्ट क्वेश्चन है अपना, मैं तुहाडे लई इत्थे लिखिआ होइआ दोस्तों, वैसे थोड़ा जूम कर लईए। हाँ जी, हाँ जी, 18वां क्वेश्चन अपना, भी तो तीन क्वेश्चन पढ़ने तो नाले तिने दे आंसर करने हैं। ठीक है, हवा विच जलाउण तो पहला मैगनीशियम रिबन नूं साफ क्यों किया जाता है? तुहानूं पता ही होना हवा विच जलाउण तो पहला मैगनीशियम रिबन नूं साफ किया जाता है, क्योंकि उस उपर मैगनीशियम ऑक्साइड की परत जमी होंदी। मैं तुहानूं लिख के भी दिखाऊंगा दोस्तों, पहले क्वेश्चन हले पढ़ लिए सारे। अगला क्वेश्चन है, पित्तल अते तांबे दे बर्तना विच दही अते खट्टियां वस्तां क्यों नहीं रखनियां चाहीदियां हन? मैं तुहानूं शॉर्ट फॉर्म च दसदा दोस्तों, जिहड़े याद घट कर सकते हैं, पित्तल अते तांबे दे बर्तन विच दही अते खट्टियां वस्तां नहीं रखनियां चाहीदियां हन, क्योंकि दही पित्तल अते तांबे दे बर्तना विच दही अते खट्टियां वस्तां विच तेजाब मिले हुंदे हन, जो कि तांबे अते पित्तल दे बर्तना क्रिया करके जहरीले एसिड बनाते हैं। तो अगला 20वां क्वेश्चन है, प्रोपेन का अणु सूत्र बनाओ। तो दो पार्ट दिते हुए दोस्तों, ये वाला भी दिता, तो देखते हैं आप इसका आंसर दोस्तों। ठीक है, प्रोपेन का अणु सूत्र हैगा, आप देखो लिखा हुआ दोस्तों, तो ब्रोम दूसरा सैकंड का लिखा ब्रोमो इथेन। ठीक है दोस्तों, चौथे चैप्टर पिछों हैगा, तो आप दोनों के करा दिए आंसर, 18वां 19वां। चलते आंसर पर। हाँ जी दोस्तों, अपना क्वेश्चन से आ वाला, फस्ट हवा विच जलाउण तो पहला मैगनीशियम रिबन नूं साफ क्यों किया जाता है? उत्तर, जे मैगनीशियम रिबन नम हवा के संपर्क विच रहिंदा है तो उस उपर सफेद रंग की मैगनीशियम ऑक्साइड की परत जम जाती है, इस परत मैगनीशियम दे जलाउण विच विरोध मतलब रुकावट पैदा करती है, इसलिए मैगनीशियम रिबन नूं जलाउण तो पहला रेक मार नाल साफ किया जाता है। सो एक सैकेंड क्वेश्चन से दोस्तों, वो भी कर, हाँ जी दोस्तों देख सकते, तुहाडे सूल ते लिखे है दोस्तों, नीचे कर लेने। हाँ जी दोस्तों, उत्तर आपां पढ़िया क्वेश्चन है, वैसे पढ़ देने एक बार होर, पित्तल अते तांबे दे बर्तना विच दही अते खट्टियां वस्तां क्यों नहीं रखनियां चाहीदियां? एक क्वेश्चन भी आया हुआ दोस्तों, देखो 2017 बोर्ड तो 2019 बोर्ड चो भी आया। उत्तर, जेकर पित्तल अते तांबे दे बर्तना विच खट्टियां वस्तां रखनियां जाण तां दही अते खट्टियां वस्तां विच मौजूद तेजाब ते पित्तल अते तांबे नाल क्रिया करके जहरीले यौगिक दा निर्माण। हाँ जी दोस्तों,
ਜ਼ਹਿਰੀਲੇ ਆਯੋਜਕ ਦਾ ਨਿਰਮਾਣ ਕਰਨਗੀਆਂ ਜੋ ਸਾਡੇ ਸਰੀਰ ਲਈ ਹਾਨੀਕਾਰਕ ਹਨ। ਇਸ ਲਈ ਦਹੀਂ ਅਤੇ ਖੱਟੀਆਂ ਵਸਤਾਂ ਨੂੰ ਪਿੱਤਲ ਅਤੇ ਤਾਂਬੇ ਦੇ ਬਰਤਨਾਂ ਵਿੱਚ ਨਹੀਂ ਰੱਖਣੀਆਂ ਚਾਹੀਦੀਆਂ ਹਨ। ਅਤੇ ਬੀਮਾ ਕੁਸ਼ਚਨ ਵੀ ਇੱਥੇ ਨਾਲ ਹੀ ਲਿਆ ਤੁਹਾਡੇ ਲਈ, ਇੱਥੇ ਹੈਗਾ ਦੋਸਤੋ, ਦਿਖਾ ਦਿੰਦਾ ਆਹ ਵਾਲਾ, ਦੇਖ ਸਕਦੇ ਤੁਸੀਂ ਆਪਣਾ ਏ ਸੀ ਨਾ ਪ੍ਰੋਪੇਨ ਦਾ ਸੂਤਰ, ਆਹ ਦੇਖੋ AC3H8। ਅਤੇ ਆਹ ਜਿਹੜਾ ਬਣਾਇਆ ਹੋਇਆ ਦੋਸਤੋ IUPAC ਦਾ ਨਾਂ ਕੀ ਆ, ਬਰੋਮੋ ਈਥੇਨ, 2018 ਵਿੱਚ ਕੁਸ਼ਚਨ ਆਏ ਸੀ ਦੋਸਤੋ। ਠੀਕ ਆ, ਅੱਗੇ ਕਰਦੇ ਨੈਕਸਟ। ਹਾਂਜੀ ਦੋਸਤੋ, ਆਪਾਂ ਹੁਣ 20 ਤੱਕ ਕਰ ਲਏ ਕੁਸ਼ਚਨ, ਠੀਕ ਆ। ਹੁਣ 21, 22 ਅਤੇ 23 ਤਿੰਨ ਕੁਸ਼ਚਨ ਫੇਰ ਕਰਨਾ ਦੋਸਤੋ ਇੱਕੋ ਨਾਲ, ਠੀਕ ਆ ਦੋਸਤੋ। ਉੱਥੋਂ ਪੜ੍ਹਦੇ ਆਪਾਂ 21 ਕੁਸ਼ਚਨ ਹੈ ਆਪਣਾ, ਆਹ ਦੇਖ ਸਕਦੇ ਹੋ। ਤੱਤਾਂ ਦਾ ਆਧੁਨਿਕ ਆਵਰਤੀ ਸਾਰਨੀ ਵਿੱਚ ਕਿਸ ਪੀਰੀਅਡ ਵਿੱਚ ਖੱਬੇ ਤੋਂ ਸੱਜੇ ਜਾਂਦੇ, ਹਾਂਜੀ ਇੱਕ ਪੁਆਇੰਟ ਵਿੱਚ ਦਿੱਤਾ ਧਾਤਮਿਕ ਸੁਭਾਵ, ਅਤੇ ਦੂਸਰਾ ਦਿੱਤਾ ਸੰਯੁਕਤਾ ਕਿਵੇਂ ਬਦਲਦੇ ਹਨ। ਅਤੇ 22ਵਾਂ ਕੁਸ਼ਚਨ ਦੋਸਤੋ, ਦਿਮਾਗ ਦਾ ਕਿਹੜਾ ਭਾਗ ਸਰੀਰ ਦੀ ਸਥਿਤੀ ਅਤੇ ਸੰਤੁਲਨ ਨੂੰ ਬਣਾਈ ਰੱਖਦਾ ਹੈ। ਅਤੇ 23ਵਾਂ ਕੁਸ਼ਚਨ ਹੈ, ਭਿੰਨਤਾਵਾਂ ਦੇ ਪੈਦਾ ਹੋਣ ਨਾਲ ਕਿਸੇ ਸਪੀਸੀਜ਼ ਦੀ ਹੋਂਦ ਕਿਵੇਂ ਵੱਧ ਜਾਂਦੀ ਹੈ। ਸੋ ਤਿੰਨੇ ਦਾ ਆਂਸਰ ਕਰਦੇ ਦੋਸਤੋ, ਹਾਂਜੀ ਜਲਦੀ ਆਂਸਰ। ਹਾਂਜੀ ਦੋਸਤੋ, ਆਪਣਾ ਕੁਸ਼ਚਨ ਇਹ ਸੀ ਨਾ, ਦੇਖ ਸਕਦੇ ਤੁਸੀਂ, ਤੱਤਾਂ ਦੀ ਆਧੁਨਿਕ ਆਵਰਤੀ ਸਾਰਨੀ ਵਿੱਚ ਕਿਸੇ ਪੀਰੀਅਡ ਵਿੱਚ ਖੱਬੇ ਤੋਂ ਸੱਜੇ ਜਾਂਦੇ, ਪਹਿਲਾ ਪੁਆਇੰਟ ਧਾਤਮਿਕ ਸੁਭਾਵ ਅਤੇ ਸੰਯੋਗਤਾ ਕਿਵੇਂ ਬਦਲਦੀ ਹੈ। ਸੋ ਫਸਟ ਦਾ ਦੇਖਣਾ ਤੁਸੀਂ ਅਵਲਾ ਦਾ ਆਂਸਰ, ਅਤੇ ਤਾਂ ਆਵਰਤੀ ਸਾਰਨੀ ਦੇ ਕਿਸੇ ਪੀਰੀਅਡ ਵਿੱਚ ਖੱਬੇ ਪਾਸੇ ਜਾਣ ਵੇਲੇ ਤੱਤਾਂ ਦੇ ਧਾਤਵੇ ਗੁਣ ਵਿੱਚ ਵਾਧਾ ਹੁੰਦਾ ਹੈ। ਕੀ ਸੁੱਖ ਹੀ ਨਾ ਕੀ ਇਹਦੇ ਵਿੱਚ, ਆਵਰਤੀ ਸਾਰਨੀ ਦੇ ਕਿਸੇ ਪੀਰੀਅਡ ਵਿੱਚ ਖੱਬੇ ਤੋਂ ਸੱਜੇ ਜਾਣ ਪਾਸੇ ਤੱਤਾਂ ਦੇ ਧਾਤਵੇ ਗੁਣ ਵਿੱਚ ਵਾਧਾ ਹੁੰਦਾ ਹੈ। ਅਤੇ ਸੈਕਿੰਡ ਆਪਾਂ ਦੇਖਣਾ ਸੰਯੋਗਤਾ ਕਿਵੇਂ ਬਦਲਦੇ ਹਨ। ਤੁਸੀਂ ਲਿਖਣਾ ਆਵਰਤੀ ਸਾਰਨੀ ਦੇ ਕਿਸੇ ਪੀਰੀਅਡ ਵਿੱਚ ਖਵਿਊ ਸੱਜੇ ਜਾਣ ਦੇ ਸੰਯੋਗਤਾ ਪਹਿਲਾਂ 1 ਤੋਂ 4 ਤੱਕ ਵੱਧਦੀ ਹੈ ਅਤੇ ਫਿਰ 4 ਤੋਂ ਘੱਟ ਕੇ 0 ਹੋ ਜਾਂਦੀ ਹੈ। ਮਤਲਬ ਕੀ ਦੱਸਣਾ, ਕਿਸੇ ਪੀਰੀਅਡ ਵਿੱਚ ਖਬਿਊ ਸੱਜੇ ਜਾਣ 'ਤੇ ਸੰਯੋਗਤਾ ਪਹਿਲਾਂ 1 ਤੋਂ 4 ਤੱਕ ਵੱਧਦੀ ਹੈ, ਫਿਰ 4 ਤੋਂ ਘੱਟ ਕੇ ਸਿੱਧਾ 0 ਹੋ ਜਾਂਦਾ। ਠੀਕ ਹੈ ਦੋਸਤੋ, ਅਤੇ ਨੈਕਸਟ ਕੁਸ਼ਚਨ ਕਰਦੇ ਹਾਂ ਅੱਗੇ। ਹੈਲੋ ਦੋਸਤੋ, ਇਹ ਕੁਸ਼ਚਨ ਸੀ ਨਾ ਆਪਣਾ, ਹਾਂਜੀ ਦੋਸਤ ਦੇਖ ਸਕਦੇ ਹੋ ਤੁਸੀਂ, ਦਿਮਾਗ ਦਾ ਕਿਹੜਾ ਭਾਗ ਸਰੀਰ ਦੀ ਸਥਿਤੀ ਅਤੇ ਸੰਤੁਲਨ ਨੂੰ ਬਣਾਈ ਰੱਖਦਾ ਹੈ। ਉੱਤਰ, ਪਿਛਲੇ ਦਿਮਾਗ ਵਿੱਚ ਸਥਿਤ ਸੈਰੀਵੈਲਮ ਇੱਛੂ ਕਿਰਿਆਵਾਂ ਦੇ ਸਹੀ ਹੋਣ ਅਤੇ ਸਰੀਰ ਦੇ ਆਸਣ ਅਤੇ ਸੰਤੁਲਨ ਲਈ ਉੱਤਰਦਾਈ ਹੈ। ਸਰੀਰ ਦੀ ਸਥਿਤੀ ਅਤੇ ਸੰਤੁਲਨ ਦਾ ਅਨੁਰੱਖਿਅਨ ਕਰਦਾ ਹੈ। ਇਹ ਪਿਛਲੇ ਦਿਮਾਗ ਵਿੱਚ ਹੇਠਾਂ ਵੱਲ ਸਥਿਤ ਹੁੰਦਾ ਹੈ। ਇਹ ਇੱਛਿਤ ਪੇਸ਼ੀਆਂ ਦੀ ਗਤੀ ਨੂੰ ਨਿਯੰਤ੍ਰਿਤ ਕਰਦਾ ਹੈ। ਸੋ ਕਹਾ ਸੀ ਨਾ ਦੋਸਤੋ, ਕਿ ਪੁੱਛਿਆ ਕੀ ਕੁਸ਼ਚਨ ਆਪਾਂ, ਦਿਮਾਗ ਦਾ ਕਿਹੜਾ ਭਾਗ ਸਰੀਰ ਦੀ ਸਥਿਤੀ ਨੂੰ ਅਤੇ ਸੰਤੁਲਨ ਨੂੰ ਬਣਾਈ ਰੱਖਦਾ। ਅਤੇ ਛੋਟੇ ਜਿਹੇ ਕੀ ਦੋਸਤੋ ਇਹਦਾ ਆਂਸਰ, ਮੈਂ ਤੁਹਾਨੂੰ ਦੱਸ ਦੇਣਾ, ਜਿਹੜਾ ਹੈਗਾ ਆਪਣੇ ਦਿਮਾਗ ਵਿੱਚ ਸਥਿਤੀ ਸੈਰੀਵੈਲਮ ਆਲਾ ਪੁਆਇੰਟ ਸੈਰੀਵੈਲਮ ਇੱਛੁਕ ਕਿਰਿਆਵਾਂ ਦੇ ਸਹੀ ਹੋਣ ਅਤੇ ਸਰੀਰ ਦੇ ਸੰਤੁਲਨ ਨੂੰ ਸਰੀਰ ਦੇ ਆਸਣ ਅਤੇ ਸੰਤੁਲਨ ਲਈ ਉੱਤਰਦਾਈ ਹੈ। ਠੀਕ ਹੈ, ਮੇਨ ਪੁਆਇੰਟ ਇਹੀ ਹੈ, ਸਰੀਰ ਦੇ ਸੰਤੁਲਨ ਦੀ ਅਤੇ ਅਨੁਕਿਰਿਆ ਕਰਦੀ ਦੋਸਤੋ। ਅਤੇ ਤੁਸੀਂ ਚੰਗੀ ਤਰ੍ਹਾਂ ਕਰ ਲਿਓ, ਛੋਟਾ ਜਿਹਾ ਕੁਸ਼ਚਨ ਵੈਸੇ ਇਹ ਵੀ ਦੋਸਤੋ, ਅੱਗੇ ਕਰਦੇ ਆਪਣਾ ਹੋਰ ਕੀ ਕੁਸ਼ਚਨ ਸੀ ਇੱਥੇ ਲਿਖਿਆ ਵੈਸੇ, ਉਹ ਵੀ ਕੁਸ਼ਚਨ ਤੁਹਾਡੀ ਸਹੂਲਤ ਦੀ ਆ ਵਾਲਾ ਕੁਸ਼ਚਨ ਥੋੜ੍ਹਾ ਵੱਡਾ ਦੋਸਤੋ, ਬਟ ਬੀ ਗਾਈਡ ਵਿੱਚ ਦਿੱਤਾ ਹੋਇਆ ਦੋਸਤੋ, ਅਤੇ ਇਹੀ ਕਰਨਾ ਪੈਣਾ ਦੋਸਤੋ। ਜੇਕਰ ਕੋਈ ਬੱਚਿਆਂ ਨੂੰ ਸਮਝ ਨਾ ਆਵੇ ਤਾਂ ਮੈਨੂੰ ਕਮੈਂਟ ਕਰਿਓ, ਮੈਂ ਤੁਹਾਨੂੰ ਸ਼ੋਰਟ ਵੀ ਪਾ ਦੂੰਗਾ। ਟੈਲੀਗ੍ਰਾਮ ਚੈਨਲ ਨੂੰ ਜੁਆਇਨ ਕਰ ਲਿਓ, ਤੁਸੀਂ ਸਰਚ ਕਰਿਓ ਟੈਲੀਗ੍ਰਾਮ ਜਾ ਕੇ ਰਮੇਸ਼ ਇਗਜ਼ਾਮ ਪੇਪਰ, ਮੈਂ ਤਾਂ ਲਿਖ ਕੇ ਦਿਖਾ ਦਿੰਦਾ ਰਮੇਸ਼ ਇਗਜ਼ਾਮ ਪੇਪਰ, ਤੁਹਾਨੂੰ ਵੈਸੇ ਸਪੈਲ ਨਹੀਂ ਤਾਂ ਆਉਂਦੇ ਹੋਣੇ ਦੋਸਤੋ। ਸੋ ਸਰਚ ਕਰ ਲਿਓ, ਤੁਹਾਨੂੰ ਸਰਚ ਕਰਕੇ ਜੁਆਇਨ ਕਰ ਲਓ, ਉੱਥੇ ਮਿਲ ਜੂਗਾ, ਕਮੈਂਟ ਕਰ ਦਿਓ ਮੈਨੂੰ। ਹਾਂਜੀ ਸਟਾਰਟ ਕਰੀਏ। ਵਿਭਿੰਨਤਾਵਾਂ ਦੇ ਪੈਦਾ ਹੋਣ ਨਾਲ ਕਿਸੇ ਸਪੀਸੀਜ਼ ਦੀ ਹੋਂਦ ਕਿਵੇਂ ਵੱਧ ਜਾਂਦੀ ਹੈ। ਉੱਤਰ, ਵਿਭਿੰਨਤਾਵਾਂ ਦੇ ਪੈਦਾ ਹੋਣ ਨਾਲ ਕਿਸੇ ਸਪੀਸੀਜ਼ ਦੀ ਉੱਤਰ ਜੀਵਤਾ ਦੀ ਸੰਭਾਵਨਾ ਵੱਧ ਜਾਂਦੀ ਹੈ। ਕੁਦਰਤੀ ਚੋਣ ਹੀ ਕਿਸੇ ਸਪੀਸੀਜ਼ ਦੀ ਉੱਤਰ ਜੀਵਤਾ ਦਾ ਆਧਾਰ ਬਣਦੀ ਹੈ।
जो वातावरण विच पर्दा है समय दे नाल उना विच जो उन्नति दी प्रवृत्ति दिखाई दिंदी है उस दे नाल उना दे शरीरिक रचना विच जटिलता दा वाधा भी हो जांदा है। ताप नूं सहन करन दी समर्था वाले जीवाणुआं दी वधेरे गर्मी तों बचाओ दी संभावना वधेरे हुंदी है। वातावरण द्वारा सब तों वधिया परिवर्तन दी चोण जीव विकास प्रक्रम दा आधार बनदा है। विभिन्नतावां कुदरती वर्णन विच सहायता दिंदी है अते प्रतिकूल हालातां नाल लड़न विच सहायक हुंदी है। यह अनुकूलन नूं वधाउंदी है। सो दोस्तों चंगी तरह पढ़ोगे एक बार होर तां तुहानूं रीड हो जाए सुन लोगे दोस्तों तुहानूं ये क्वेश्चन याद हो जूगा। सो अगे करिए दोस्तों। हाँ जी दोस्तों 40 वैसे क्वेश्चन आया दोस्तों तुहानूं पता ही होना 40 क्वेश्चन पेपर पैटर्न दस्सिया जदों ते आपां तेई कर ले दोस्तों। हुण अगला कर दे दोस्तों 24वां क्वेश्चन 25वां 26वां 24वां क्वेश्चन है अपना एक गोलाकार दर्पण का वक्रता अर्ध व्यास 20 सेंटीमीटर है उसकी फोकस दूरी की होगी। तो 25वां क्वेश्चन है दोस्तों अपना अख की अनुकूल समर्था तो की भाव है ये भी थोड़ा विस्तार से लिखो दोस्तों। अगला चित्र विच दर्शाए गए नियम का नाम दसो उसनों परिभाषित करो। हाँ जी कौन नियम का सारे पता ना खब्बे हाथ का फ्लेविंग का खब्बे हाथ का नियम ठीक है दोस्तों इन्हों चंगी तरह एक्सप्लेन भी कर दे दोस्तों ठीक है दोस्तों चलिए। हाँ जी दोस्तों अपना ये क्वेश्चन सी ते जो भी मां एक गोलाकार दर्पण का वक्रता अर्धव्यास 20 सेंटीमीटर है उसकी फोकस दूरी की होगी। तो अर्धव्यास तुहानू पता ही होना दो अर्धा होंगे रेडियस तो अपन की दिता लिखना दिता है गोलाकार दर्पण का वक्रता अर्धव्यास रेडियस 20 सेंटीमीटर गोलाकार दर्पण का फोकस दूरी है एफ फोकस दूरी कहते हैं सुनता एफ ना एफ वट आर वटा दो। सो अपने को आ जाना आर कि अपने को 20 वटा दो कटिंग करके 10 सेंटीमीटर आंसर ठीक है दोस्तों। फोकस दूरी कि 10 सेंटीमीटर। नैक्सट कर लेने अपना कौड़ा क्वेश्चन अगला क्वेश्चन अख की अनुकूल समर्था तो की भाव है। वैसे मैं शॉर्ट फॉर्म से तुम दसदा जेडे दोस्तों बच्चों तो याद ना एडा वा तुम्हें लिखना अख का अनुकूल समर्था नेचर लैन की मैं तुम दसदा शॉर्ट फॉर्म से नेचर लैन की वो स्थिति जी अपनी जी निकट निकट जी वस्तु है 25 सेंटीमीटर से जो दूर दृष्टि अपना वो आनंद से हो गई। मैं लिख के भी दिखा देना वो बोला। हाँ जी आ देखो सो शॉर्ट आंसर बस जहाँ तो याद ना हो तो वो करियो यही वाला क्वेश्चन छोटे जिन्हें यदा नंबर थोड़े कोई नहीं रेंज कमजोर हो जाती आया शक्ति नेचर लैन की वो समर्था जिस दे कारण वह अपनी फोकस दूरी घट करता है वध करता है अपनी फोकस दूरी घट करता है उसनों आखते हैं ठीक है दोस्तों या घट है तो वध करता दोस्तों अगे पढ़ बाकी याद रखन जो विद्यार्थी कर सकते उही क्वेश्चन करे दोस्तों। सो पढ़ देना ताड़े समर्था अख के अनुकूल समर्था नेत्र नैलज लैनज रिशेदार जैली वर्गे पदार्थ का बनया हुंदा है इस दे वक्रता विच कुछ सीमा तक सीलियामई पेशियां द्वारा परिवर्तन किया जा सकता है। नेत्र लैनज की वक्रता विच परिवर्तन होने नाल इस दी फोकस दूरी भी परिवर्तित हो जाती है जदों पेशियां ढिलियां हो जांदियां हन ता नेत्र लैनज पतला हो जाता है अते इस दी फोकस दूरी बढ़ जाती है। इस स्थिति विच असी दूर रखिया वस्तुआं नूं स्पर्श देख समर्थ हो जाते हैं जदों नेड़े पईआं वस्तुआं नूं वेखदे होए तां सीली आमई पेशियां सुंगड़ जांदियां हन इस नाल नेत्र लैनज वक्रता बढ़दी जांदी है अते नेत्र लैनज मोटा हो जाता है। इस दे नतीजे वजो नेत्र लैनज की फोकस दूरी घट हो जाती है जिस करके तुसी नेड़े पईआं वस्तुआं नूं स्पष्ट तौर ते वेख सकते हो। नेत्र लैनज की वह समर्था जिस दे कारण वह अपने फोकस दूरी नूं समझौती
ਸਮਾਯੋਜਿਤ ਕਰ ਲੈਂਦਾ ਹੈ ਉਸ ਲੈਂਦਾ ਹੈ ਉਸਨੂੰ ਅਨੁਕੂਲ ਕਹਾਉਂਦੀ ਹੈ। ਠੀਕ ਹੈ ਦੋਸਤੋ, ਉਹੀ ਸੇਮ ਗੱਲ ਆ ਗਈ ਦੋਸਤੋ। ਵੱਡੇ ਥੋੜ੍ਹਾ ਉੱਤਰ ਕਰ ਲਿਓ ਦੋਸਤੋ, ਜਿਹੜੇ ਇਹਦੇ ਕਰਕੇ ਦੋਸਤੋ ਉਹਨਾਂ ਦੇ ਬੈਟਰ ਰਹਿਣਾ, ਕਿਉਂਕਿ ਤੁਹਾਨੂੰ ਕੁਸ਼ਚਨ ਇੱਥੇ ਪਾਇਆ ਦੋਸਤੋ ਕਿ 3 ਨੰਬਰ 'ਚ ਵੀ ਆ ਸਕਦਾ ਦੋਸਤੋ, ਅਤੇ 5 ਨੰਬਰ 'ਚ ਵੀ ਆ ਸਕਦਾ, ਤੁਸੀਂ ਇੰਨਾ ਹੀ ਲਿਖਿਓ। ਅਗਲਾ ਕੁਸ਼ਚਨ ਤੁਸੀਂ ਦੱਸ ਸੁਣੋ ਆਪਣਾ ਫਾਵਲਾ। ਚਿੱਤਰ ਵਿੱਚ ਜਿਹੜਾ ਪੁੱਛਿਆ ਸੀ ਨਾ, ਚਿੱਤਰ ਵਿੱਚ ਕਿਸ ਨਿਯਮ ਨੂੰ ਦਰਸਾਇਆ ਗਿਆ ਹੈ, ਨਿਯਮ ਦੀ ਪਰਿਭਾਸ਼ਾ ਦਿਓ, ਇਸ ਉਪਭੋਗ ਕਿਸ ਯੰਤਰ ਵਿੱਚ ਕੀਤਾ ਜਾਂਦਾ ਹੈ। ਸੋ ਤੁਹਾਨੂੰ ਸਾਰਿਆਂ ਨੂੰ ਪਤਾ ਹੋਣਾ ਫਲੈਵਿੰਗ ਦਾ ਖੱਬਾ ਹੱਥ ਦਾ ਨਿਯਮ ਹੈ ਦੋਸਤੋ। ਸੋ ਵਿਆਖਿਆ ਛੋਟਾ ਜਿਹਾ ਹੀ ਹੈ, ਪੜ੍ਹਦੇ ਨੇ ਆਪਾਂ ਤੁਹਾਡੇ ਸਹੂਲਤ ਲਈ। ਹਾਂਜੀ, ਇਸ ਨਿਯਮ ਦੇ ਅਨੁਸਾਰ ਆਪਣੇ ਖੱਬੇ ਹੱਥ ਦੀ ਪਹਿਲੀ ਉਂਗਲੀ, ਵਿਚਕਾਰਲੀ ਉਂਗਲੀ ਅਤੇ ਅੰਗੂਠਾ ਨੂੰ ਇਸ ਪ੍ਰਕਾਰ ਫੈਲਾਓ ਕਿ ਇਹਨਾਂ ਤਿੰਨਾਂ ਇੱਕ ਦੂਜੇ ਦੇ ਪਰਸਪਰ ਲੰਬ ਰੂਪ ਵਿੱਚ ਹੋਣ। ਜੇਕਰ ਪਹਿਲੀ ਉਂਗਲੀ ਚੁੰਬਕੀ ਖੇਤਰ ਦੀ ਦਿਸ਼ਾ, ਵਿਚਕਾਰਲੀ ਉਂਗਲੀ ਚਾਲਕ ਵਿੱਚ ਪ੍ਰਭਾਵਿਤ ਬਿਜਲੀ ਧਾਰਾ ਦੀ ਦਿਸ਼ਾ ਵਿੱਚ ਸੰਕੇਤ ਕਰਦੀ ਹੈ, ਤਾਂ ਅੰਗੂਠਾ ਚਾਲਕ ਦੀ ਗਤੀ ਦੀ ਦਿਸ਼ਾ ਵਿੱਚ ਜਾਂ ਚਾਲਕ ਉੱਤੇ ਲੱਗ ਰਹੇ ਬਲ ਦੀ ਦਿਸ਼ਾ ਵੱਲ ਸੰਕੇਤ ਕਰੇਗੀ। ਇਸ ਨਿਯਮ ਦਾ ਪ੍ਰਯੋਗ ਬਿਜਲੀ ਮੋਟਰ ਬਣਾਉਣ ਲਈ ਕੀਤਾ ਜਾਂਦਾ ਹੈ। ਠੀਕ ਹੈ ਦੋਸਤੋ, ਇਹ ਸੌਖਾ ਸੀ, ਸੋ ਅੱਗੇ ਕਰੀਏ। ਹਾਂਜੀ ਹਾਂਜੀ ਦੋਸਤੋ, 26 ਕੁਸ਼ਚਨ ਕਰ ਚੁੱਕੇ ਦੋਸਤੋ, ਹੁਣ ਕਰਦੇ ਹਾਂ 27, 28, 29। ਉਸ ਤੋਂ ਬਾਅਦ ਭਾਗ ਈ ਡੀ ਸਟਾਰਟ ਹੋ ਜਾਣਾ ਦੋਸਤੋ, ਆਪਾਂ ਸਾਰਾ ਸੋਲਵ ਕਰਾਂਗੇ, ਟੈਨਸ਼ਨ ਨਾ ਲਿਓ। ਈ ਡੀ ਭਾਗ, ਸੂਰਜੀ ਕੁੱਕੜ ਲਈ ਕਿਹੜਾ ਦਰਪਣ ਅਵਤਲ ਉੱਤਲ ਲੈਣਾ ਸਮਤਲ ਦਰਪਣ ਦੇ ਵਧੇਰੇ ਟੁਕਮਾ ਹੁੰਦਾ ਹੈ। ਸੋ ਇਹਦਾ ਰਾਈਟ ਆਨਸਰ ਆਪਣਾ ਜਿਹੜਾ ਅਤੇ ਕਰ ਪਹਿਲਾਂ ਕਰ ਲੈਂਦੇ ਹਾਂ ਸਾਰੇ। ਬਾਇਓਗੈਸ ਕੀ ਹੈ, ਇਸ ਦੇ ਕੋਈ 2 ਲਾਭ ਲਿਖੋ। ਸੋ ਇਹ ਵੀ ਕਰ ਲੈਣਾ ਆਪਾਂ, ਅਤੇ ਅਗਲਾ ਕੁਸ਼ਚਨ ਹੈ, ਇੱਕ ਵਿਅਕਤੀ ਵਿਸ਼ੇਸ਼ ਦੇ ਰੂਪ ਵਿੱਚ ਤੁਸੀਂ ਭਿੰਨ ਕੁਦਰਤੀ ਉਤਪਾਦਾਂ ਦੀ ਖਪਤ ਘੱਟ ਕਰਨ ਲਈ ਕੀ ਕਰ ਸਕਦੇ ਹੋ। ਸੋ ਆਨਸਰ ਕਰੀਏ ਦੋਸਤੋ। ਹਾਂਜੀ ਦੋਸਤੋ, ਚੱਲਦੇ ਆਨਸਰ ਵੱਲ, ਦੇਖ ਸਕਦੇ ਦੋਸਤੋ ਤੁਹਾਡਾ ਆਨਸਰ ਲਿਖ ਕੇ ਲਿਆ ਹੋਇਆ ਆਪਣਾ। ਸੂਰਜੀ ਕੁੱਕਰ ਲਈ ਕਿਹੜਾ ਦਰਪਣ ਅਵਤਲ ਉੱਤਲ ਜਾਂ ਸਮਤਲ ਦਰਪਣ ਵਧੇਰੇ ਟੁਕਮਾ ਹੁੰਦਾ ਹੈ। ਸੋ ਉੱਤਰ ਲਿਖਣਾ, ਸੋਲਰ ਕੁੱਕਰ ਵਿੱਚ, ਜਾਂ ਸੂਰਜੀ ਕੁੱਕਰ ਕਹਿ ਦਿਓ, ਸੋਲਰ ਕੁੱਕਰ ਕਹਿ ਦਿਓ, ਤੁਸੀਂ ਲਿਖੋ ਸੂਰਜੀ ਕੁੱਕਰ ਵਿੱਚ ਅਵਤਲ ਦਰਪਣ ਸਭ ਤੋਂ ਅਧਿਕ ਟੁਕਮਾ ਹੁੰਦਾ ਹੈ, ਕਿਉਂਕਿ ਇਹ ਪ੍ਰਕਾਸ਼ ਦੀ ਸਾਰੀਆਂ ਕਿਰਨਾਂ ਨੂੰ ਲੋੜੀਂਦੀ ਥਾਂ ਵੱਲ ਪਰਿਵਰਤਿਤ ਕਰਕੇ ਫੋਕਸ ਕਰਦਾ ਹੈ, ਜਿਸ ਤੋਂ ਸੋਲਰ ਕੁੱਕਰ ਜਾਂ ਸੂਰਜੀ ਕੁੱਕਰ ਦਾ ਤਾਪਮਾਨ ਵੱਧ ਜਾਂਦਾ ਹੈ। ਠੀਕ ਆ, ਸ਼ਬਦ ਆਨਸਰ ਤੁਸੀਂ ਕਰ ਸਕਦੇ ਹਾਂ, ਸੂਰਜੀ ਕੁੱਕਰ ਵਿੱਚ ਅਵਤਲ ਦਰਪਣ ਅਧਿਕ ਟੁਕਮਾ ਹੈ, ਕਿਉਂਕਿ ਸੂਰਜ ਜਿਹੜਾ ਅਵਤਲ ਦਰਪਣ ਆ, ਪ੍ਰਕਾਸ਼ ਦੀਆਂ ਸਾਰੀਆਂ ਕਿਰਨਾਂ ਨੂੰ ਖਿੱਚ ਕੇ ਜਿਹੜਾ ਸੂਰਜੀ ਕੁੱਕਰ ਵਿੱਚ ਤਾਪਮਾਨ ਨੂੰ ਵਧਾ ਦਿੰਦਾ। ਠੀਕ ਹੈ ਦੋਸਤੋ, ਇਹ ਵੀ ਸੌਖਾ ਸੀ, ਅੱਗੇ ਕਰੀਏ। ਅਗਲਾ ਕੁਸ਼ਚਨ ਮੈਂ ਇੱਥੇ ਲੈ ਕੇ ਤੁਹਾਡੇ ਲਿਖ ਕੇ, ਅਗਲਾ ਕੁਸ਼ਚਨ। ਠੀਕ ਹੈ ਦੋਸਤੋ, ਥੋੜ੍ਹਾ ਵੱਡਾ, ਕੋਈ ਟੈਨਸ਼ਨ ਨਹੀਂ, ਤੁਹਾਨੂੰ ਯਾਦ ਹੋ ਜਾਣਾ ਦੋਸਤੋ, ਪੜ੍ਹ ਲੈਂਦੇ ਹਾਂ ਪਤਾ। ਬਾਇਓਗੈਸ ਕੀ ਹੈ, ਇਸ ਦੇ ਕੋਈ 4 ਲਾਭ। ਸੋ ਪਹਿਲਾਂ ਆਪਾਂ ਗਾਇਓਗੈਸ ਪੜ੍ਹਾਂਗੇ, ਉਹਦੇ ਫਿਰ ਲਾਭ ਕਰਾਂਗੇ। ਬਾਇਓਗੈਸ ਜੰਤੂਆਂ ਅਤੇ ਪੌਦਿਆਂ ਦੇ ਰਹਿੰਦ ਖੂੰਦ ਦੀ ਪਾਣੀ ਦੀ ਹੋਂਦ ਅਤੇ ਆਕਸੀਜਨ ਦੇ ਗੈਰ ਮੌਜੂਦਗੀ ਵਿੱਚ ਸੂਖਮ ਜੀਵਾਂ ਦੁਆਰਾ ਲਘੂਕਰਨ, ਜਿਹਨੂੰ ਕਹਿੰਦਾ ਨੀਮਨੀਕਰਨ ਦੌਰਾਨ ਮੀਥੇਨ, ਕਾਰਬਨ ਡਾਈਆਕਸਾਈਡ, ਹਾਈਡਰੋਜਨ ਅਤੇ ਨਾਈਟ੍ਰੋਜਨ ਗੈਸਾਂ ਦਾ ਮਿਸ਼ਰਣ ਪ੍ਰਾਪਤ ਹੁੰਦਾ ਹੈ, ਜਿਸ ਨੂੰ ਬਾਇਓਗੈਸ ਕਹਿੰਦੇ ਹਨ। ਇਸ ਦੇ ਮੁੱਖ ਤੱਤ ਮੀਥੇਨ ਹਨ, ਅਤੇ ਬਾਇਓਗੈਸ ਦੇ ਸੰਕਟਨ ਤੁਸੀਂ ਦੇਖ ਸਕਦੇ ਹੋ। ਲਿਖਣਾ ਤੁਸੀਂ ਯਾਦ ਕਰਨਾ ਕਰ ਲਿਓ, ਵਰਨਾ ਤੁਸੀਂ ਸਿੱਧਾ ਲਾਭ ਦੱਸ ਦਿਓ। ਠੀਕ ਹੈ ਦੋਸਤੋ, ਪੜ੍ਹਨਾ ਤੁਸੀਂ ਪੜ੍ਹ ਲਓ ਦੋਸਤੋ, ਅੱਗੇ ਸਿੱਧਾ ਲਾਭ ਦੱਸਣਾ ਆਪਾਂ। ਬਾਇਓਗੈਸ ਦੇ ਲਾਭ, 1, ਇਹ ਖਾਣਾ ਪਕਾਉਣ ਲਈ ਬਾਲਣ ਦੇ ਤੌਰ 'ਤੇ ਵਰਤੀ ਜਾਂਦੀ ਹੈ। 2, ਇਹ ਇੰਜਨ ਚਲਾਉਣ ਦੇ ਲਈ ਬਾਲਣ ਦੇ ਰੂਪ ਵਿੱਚ ਵਰਤੋਂ ਵਿੱਚ ਆਉਂਦੀ ਹੈ। 3, ਇਹ ਸੜਕਾਂ 'ਤੇ ਰੋਸ਼ਨੀ ਕਰਨ ਲਈ ਵੀ ਪ੍ਰਯੋਗ ਕੀਤੀ ਜਾਂਦੀ ਹੈ। ਠੀਕ ਹੈ ਦੋਸਤੋ, ਸੌਖਾ ਹੀ ਨਾ, ਇਹਦੇ ਲਾਭ ਕੀ ਆ, ਜਿਹੜਾ ਆਪਣਾ ਰਸੋਈ ਘਰ 'ਚ ਖਾਣਾ ਬਣਾਉਣ ਲਈ ਵਰਤੀ ਜਾਂਦੀ ਹੈ, ਇੰਜਨ ਚਲਾਉਣ ਲਈ ਬਾਲਣ ਦੇ ਰੂਪ ਵਿੱਚ ਵਰਤੀ ਜਾਂਦੀ ਹੈ, ਅਤੇ ਸੜਕਾਂ 'ਤੇ ਰੋਸ਼ਨੀ ਕਰਨ ਲਈ ਵੀ ਇਸ ਦੀ ਪ੍ਰਯੋਗ ਕੀਤੀ ਹੈ। ਸੌਖਾ ਹੀ ਦੋਸਤੋ, ਸੋ ਅੱਗੇ ਕਰਦੇ ਹਾਂ। ਹਾਂਜੀ ਦੋਸਤੋ, ਹਾਂਜੀ ਦੋਸਤੋ, ਆਪਣਾ ਭਾਗ 29 ਕੁਸ਼ਚਨ ਨਾਲ ਹੀ ਕੰਪਲੀਟ ਹੋ ਜਾਂਦਾ। ਹੁਣ ਰਹਿ ਗਏ ਦੋਸਤੋ ਆਪਣੇ 11 ਕੁਸ਼ਚਨ,
तीन अंक वाले मेरे ख्याल में क्वेश्चन स्टार्ट हो रहे दोस्तों। अगे तो भाग ईडी दोस्तों हम स्टार्ट हो रहे दोस्तों। सो फस्ट क्वेश्चन है अपना विस्थापन अते दोहरा विस्थापन प्रतिक्रियावां की हन, इन्हां दा एक एक उदाहरण दिओ, मतलब इन्हां नूं विस्तार दसना भी की आ ते फिर उदाहरण उदाहरण देना। तो एंड 31वां क्वेश्चन है कार्बन दे ओह गुण लिखो जिन्हां करके साडे आले दुआले कार्बन यौगिकां दा वड्डी गिनती विच मौजूद है। तो 32वां क्वेश्चन है अपना न्यूलैंड दा अष्टक सिद्धांत दियां की सीमावां हन। सो तिन्ना दे आंसर कर दे दोस्तों। हाँ जी दोस्तों, चलिए आंसर वाल। हाँ जी दोस्तों, भाग जी दोस्तों अपना फस्ट क्वेश्चन आई सी ना दोस्तों, एक व्यक्ति विशेष दे रूप विच तुसीं भिन्न भिन्न कुदरती उत्पादक दी खपत घट करन लई की कर सकते हो। उत्तर च लिखना दोस्तों, नंबर एक बिजली दी घट तो घट वरतों करके इस दी फजूल खर्ची नूं रोक सकते हाँ। नंबर दो तीन आर एस दे नियमां दा पालन करके असी कुदरती उत्पादां दी खपत घट कर सकते हाँ। नंबर तीन सानू भोजन नूं व्यर्थ नहीं करना चाहिए। नंबर फोर जल नूं व्यर्थ होण तो रोकना चाहिए है। नंबर फाइव खाना पकाउण दे लई भी लकड़ी दी जगह गैस दी वरतों करनी चाहिए दोस्तों। तो नैक्सट क्वेश्चन अपना हैगा, हाँ जी दोस्तों इत्थे लिखे वैसे तुहाडे सहूलत लई आ रहा आ सी ना। हाँ जी दोस्तों अपना यही क्वेश्चन सी विस्थापन क्रिया ते दोहरा विस्थापन क्रिया विच की अंतर है, इन्हां प्रतिक्रियावां दियां समीकरण लिखो। सो उदाहरण तो लिखना पहले विस्थापन क्रिया फिर समीकरण भी लिखा हुआ दोस्तों। विस्थापन क्रिया जदों कोई एक तत् दूसरे तत्तां नूं उसदे यौगिक नाल विस्थापित कर दिंदा है तां उह विस्थापन क्रिया कहिंदी है। ठीक है दोस्तों, तुसीं इदां भी कह सकदे हो जदों एक बद्ध क्रियाशील तत् एक घट क्रियाशील तत् नूं विस्थापित कर दिंदा है तां उस नूं विस्थापन क्रिया कहिंदा है। उदाहरण दे लई तुसीं दे देना जैडन मैनू जिंक C-SiO4 मतलब कापर सल्फेट, अपने को बनता है जिंक सल्फेट जिन्होंने कहते जैड N-SO4 प्लस CU कापर। ठीक है, तो अगला तुसीं दूसरा उदाहरण दे दिओ Cl2 जिन्होंने क्लोरीन भी कहते हैं, तो अपने को अपना Kl मतलब पोटाशियम आयोडाइड। ठीक है, तो अपने को बनता पोटाशियम क्लोराइड। ठीक है दोस्तों, कल टू के सी एल। ठीक है, तो प्लस L2 जिन्हों आयरन I2 होना थोड़ी I2 जिन्हों आयोडीन भी कहते। ठीक है दोस्तों, तो विस्थापन क्रिया कर लिया दोहरा विस्थापन। तो मैं अपने शब्दों तुम सुनाना दोहरा विस्थापन, दो बद्ध क्रियाशील तत् दो घट क्रियाशील तत् विस्थापित करके उसका स्थान प्राप्त कर लेवे तो उसनों दोहरा विस्थापन क्रिया कहते हैं। ये देखो पढ़े ने की दिता होया दोहरा विस्थापन क्रिया दो बख बख परमाणुआ ज परमाणुआ के समूह का आपस में आदान प्रदान होंदा है। उही हो गया दोस्तों घट विद्याशील पदार्थ विस्थापित करके उसका स्थान प्राप्त कर लेना। तो ऑप्शन देना बेरिलियम क्लोराइड जरा प्लस सोडियम सल्फेट अपने को बन जाता बेरिलियम सल्फेट प्लस सोडियम क्लोराइड। ठीक है, तो उदाहरण तो लिखना समीकरण जरूर दोस्तों, नहीं तो नंबर कट्टे जाने BaClCl2 प्लस Na2SO4 अपने को बनता BaSO4 प्लस 2NaCl। तो नीचला भी तुसी कर लियो सिल्वर नाइट्रेट प्लस सोडियम क्लोराइड अपने को बनता डबल क्लोराइड सोडियम नाइट्रेट। ठीक है दोस्तों, सो तुसी एक समीकरण जरूर याद करो दोस्तों, एक क्वेश्चन वेरी वेरी मोस्ट इंपॉर्टेंट और फाइनल एग्जाम तक जरूर आओगे। तो अगला क्वेश्चन अपना भी इसी नाल इत्थे कीता हुआ दोस्तों, वह भी तुहाडी सहूलत लई। हाँ जी आ वाला कार्बन दे उह दो गुण किहड़े हन जिन्हां करके आले दुआले साडे आले दुआले दे चार चौफेरे कार्बन यौगिक वड्डी संख्या विखाई दिंदी है। इस बट अपना क्वेश्चन ये नहीं आया दोस्तों, अपना क्वेश्चन जाम विच आया हुआ जिहड़ा
ਤੁਹਾਨੂੰ ਉਸ ਟਾਈਪ 'ਚ ਵੀ ਆ ਸਕਦਾ ਦੋਸਤੋ, ਇਸ ਟਾਈਪ 'ਚ ਵੀ ਆ, ਬਸ ਇਸ ਟਾਈਪ 'ਚ ਆਇਆ ਦੋਸਤੋ ਆਪਣਾ ਕੁਐਸਚਨ। ਕਾਰਬਨ ਦੇ ਉਹ ਗੁਣ ਲਿਖੋ ਜਿਨ੍ਹਾਂ ਕਰਕੇ ਸਾਡੇ ਆਲੇ ਦੁਆਲੇ ਕਾਰਬਨਿਕ ਯੋਜਕ ਦੀ ਵੱਡੀ ਸੰਖਿਆ ਮੌਜੂਦ ਹੈ। ਤੁਸੀਂ ਦੇਖ ਸਕਦੇ ਹੋ PSEB ਬੋਰਡ ਵਿੱਚ ਇਹ ਕੁਐਸਚਨ ਆ ਚੁੱਕਾ ਦੋਸਤੋ। ਉੱਤਰ 'ਚ ਲਿਖਣਾ, ਕਾਰਬਨ ਯੋਜਕਾਂ ਦੀ ਵੱਡੀ ਸੰਖਿਆ ਲਈ ਜ਼ਿੰਮੇਵਾਰ ਕਾਰਬਨ ਦੇ ਗੁਣ। ਉੱਤਰ ਅਤੇ ਫਿਰ ਨੰਬਰ ਵਿਆਖਿਆ ਕਰ ਦੇਣੀ ਆ, ਕਾਰਬਨ ਦੇ ਦੋ ਗੁਣ ਜਿਨ੍ਹਾਂ ਕਾਰਨ ਸਾਡੇ ਆਲੇ ਦੁਆਲੇ ਵੱਡੀ ਸੰਖਿਆ ਵਿੱਚ ਕਾਰਬਨ ਯੋਜਕ ਵਿਖਾਈ ਦਿੰਦੇ ਹਨ ਉਹ ਹੇਠ ਲਿਖੇ ਹਨ। ਨੰਬਰ 1 ਲੜੀਬੰਧਰ, ਨੰਬਰ 2 ਚਾਰਜ ਸੰਯੁਕਤਾ। ਸੋ ਲੜੀਬੰਧਰ ਦੀ ਵਿਆਖਿਆ ਕਰਦੇ ਹਾਂ, ਕਾਰਬਨ ਵਿੱਚ ਹੋਰ ਪਰਮਾਣਾਂ ਨਾਲ ਬੰਧਨ ਬਣਾਉਣ ਦੀ ਵਿਚਿੱਤਰ ਸਮਰੱਥਾ ਸਮਰੱਥਾ ਹੈ ਜਿਸ ਨਾਲ ਬਹੁਤ ਵੱਡੀ ਸੰਖਿਆ ਵਿੱਚ ਅਣੂਆਂ ਦੀ ਪ੍ਰਾਪਤੀ ਹੁੰਦੀ ਹੈ। ਇਹਨਾਂ ਯੋਗਿਕਾਂ ਵਿੱਚ ਕਾਰਬਨ ਦੀਆਂ ਲੰਬੀਆਂ ਲੜੀਆਂ, ਸਾਖਿਤ ਲੜੀਆਂ ਅਤੇ ਬੰਦ ਲੜੀਆਂ ਹੋ ਸਕਦੀਆਂ ਹਨ। ਕਾਰਬਨ ਪਰਮਾਣੂਆਂ ਦਾ ਇਹ ਵਿਸ਼ਿਸ਼ਟ ਗੁਣ ਲੜੀ ਬੰਧਨ ਕਹਾਉਂਦੀ ਹੈ। ਇਸ ਲਈ ਲੜੀ ਬੰਧਨ ਕਾਰਨ ਕਾਰਬਨ ਯੋਜਕਾਂ ਦੀ ਵੱਡੀ ਸੰਖਿਆ ਹੁੰਦੀ ਹੈ। ਅਗਲਾ ਦੋਸਤੋ ਹੈਗਾ ਚਾਰ ਸੰਯੁਕਤਾ। ਸੋ ਕਾਰਬਨ ਦੇ ਸੰਯੁਕਤਾ 4 ਹੁੰਦੀ ਹੈ, ਇਸ ਲਈ ਇਸ ਵਿੱਚ ਕਾਰਬਨ ਦੇ ਹੋਰ 4 ਪਰਮਾਣੂਆਂ ਜਾਂ ਹੋਰ ਸੰਯੁਕਤਾ ਤੱਤਾਂ ਜਿਵੇਂ ਆਕਸੀਜਨ, ਹਾਈਡਰੋਜਨ, ਨਾਈਟ੍ਰੋਜਨ, ਸਲਫਰ, ਕਲੋਰੀਨ ਦੇ ਪਰਮਾਣੂਆਂ ਨਾਲ ਸੰਬੰਧਨ ਬਣਾਉਣ ਦੀ ਸਮਰੱਥਾ ਹੈ। ਇਸ ਨਤੀਜੇ ਵਜੋਂ ਵੱਡੀ ਸੰਖਿਆ ਵਿੱਚ ਕਾਰਬਨ ਯੋਗਿਕ ਬਣਦੇ ਹਨ। ਸੋ ਅੱਗੇ ਕਰਦੇ ਹਾਂ ਦੋਸਤੋ ਕੀ ਕੁਐਸਚਨ ਦੋਸਤੋ। ਹਾਂਜੀ ਦੋਸਤੋ, ਆਪਾਂ 32 ਕੁਐਸਚਨ ਕਰ ਲਏ ਦੋਸਤੋ। ਅਗਲਾ ਕੁਐਸਚਨ ਹੈ ਆਪਣਾ ਆਹ ਦੇਖੋ 33, 34, 35 ਕਰ ਦੋਸਤੋ। ਹਾਂਜੀ, ਆਕਸੀ ਸਾਸ ਕਿਰਿਆ ਅਤੇ ਅਨਆਕਸੀ ਸਾਸ ਕਿਰਿਆ ਵਿਚਕਾਰ 3 ਅੰਤਰ ਲਿਖੋ। 2 ਨਿਊਰਾਨਾਂ ਵਿਚਕਾਰ ਡੈਂਡਰਾਇਟ 'ਤੇ ਕੀ ਹੁੰਦਾ ਹੈ? ਤਾਰੇ ਕਿਉਂ ਟਿਮਟਮਾਉਂਦੇ ਹਨ? ਸੋ ਦੋਸਤੋ ਇਹਨਾਂ ਦੇ ਆਂਸਰ ਕਰਦੇ ਹਾਂ। ਠੀਕ ਹੈ ਦੋਸਤੋ, ਸੋ ਆਂਸਰ ਵੱਲ ਚੱਲੀਏ। ਹਾਂਜੀ ਦੋਸਤੋ, ਹਾਂਜੀ ਦੋਸਤੋ, ਕੁਐਸਚਨ ਬਾਰ ਵਧਣ ਪਹਿਲੋ ਆਪਣਾ ਇੱਕ ਕੁਐਸਚਨ ਕਿਹੜਾ ਰਹਿ ਗਿਆ? ਹਾਂਜੀ 32ਵਾਂ ਕੁਐਸਚਨ ਵੀ ਰਹਿ ਗਿਆ ਦੋਸਤੋ। ਨਿਊਜ਼ੀਲੈਂਡ ਦੇ ਅਸ਼ਟਕ ਸਿਧਾਂਤ ਦੀਆਂ ਕੀ ਸੀਮਾਵਾਂ ਹਨ? ਤੋ ਇਹਦਾ ਵੀ ਪੜ੍ਹ ਲਏ ਦੋਸਤੋ। ਹਾਂਜੀ ਹਾਂਜੀ ਦੋਸਤੋ, ਤੁਸੀਂ ਦੇਖ ਸਕਦੇ ਮੈਂ ਤੁਹਾਡੇ ਲੈ ਗਿਆ ਤੁਹਾਡੇ ਚੁੱਲ੍ਹੇ 'ਤੇ ਲਿਖ ਕੇ, ਇਹ ਵੀ ਲੱਭ ਕੇ ਬੜੀ ਮੁਸ਼ਕਿਲ ਲੱਭਿਆ ਦੋਸਤੋ। ਸੋ ਪੜ੍ਹਦੇ ਆਪਾਂ ਉੱਤਰ। ਨਿਊਜ਼ੀਲੈਂਡ ਦੇ ਅਸ਼ਟਕ ਸਿਧਾਂਤ ਦੀਆਂ ਹੇਠ ਲਿਖੇ ਸੀਮਾਵਾਂ ਹਨ। ਨੰਬਰ 1, ਇਹ ਸਿਧਾਂਤ ਸਿਰਫ਼ ਕੈਲਸ਼ੀਅਮ ਤੱਤ ਤੱਕ ਹੀ ਲਾਗੂ ਹੋ ਸਕਿਆ ਕਿਉਂਕਿ ਕੈਲਸ਼ੀਅਮ ਤੋਂ ਬਾਅਦ ਆਉਣ ਵਾਲੇ ਹਰੇਕ 8ਵੇਂ ਤੱਤ ਦੇ ਗੁਣ ਪਹਿਲੇ ਤੱਤ ਦੇ ਸਮਾਨ ਨਹੀਂ ਸੀ। ਅਤੇ ਦੂਸਰਾ ਪੁਆਇੰਟ, ਨਿਊਜ਼ੀਲੈਂਡ ਨੇ ਕਲਪਨਾ ਕੀਤੀ ਸੀ ਕਿ ਕੁਦਰਤ ਵਿੱਚ ਕੇਵਲ 56 ਤੱਤ ਹਨ ਪਰ ਭਵਿੱਖ ਵਿੱਚ ਕੋਈ ਨਵਾਂ ਤੱਤ ਨਹੀਂ ਮਿਲੇਗਾ ਪਰੰਤੂ ਆਬਾਦ ਵਿੱਚ ਕਈ ਹੋਰ ਨਵੇਂ ਤੱਤ ਦੀ ਖੋਜ ਕੀਤੀ ਗਈ ਜਿਨ੍ਹਾਂ ਦੇ ਗੁਣ ਅਸ਼ਟਕ ਨਿਯਮ ਅਨੁਸਾਰ ਨਹੀਂ ਸਨ, ਇਸ ਕਾਰਨ ਨਿਯਮ ਵਿੱਚ ਵਿਵਸਥਿਤ ਨਹੀਂ ਹੋ ਸਕੇ। ਅਤੇ ਤੀਸਰਾ ਪੁਆਇੰਟ ਲਿਖਣਾ, ਨਿਊਜ਼ੀਲੈਂਡ ਨੇ ਆਪਣੀ ਸਾਰਨੀ ਵਿੱਚ ਤੱਤਾਂ ਨੂੰ ਸੰਯੁਕਤਾ ਕਰਨ ਲਈ 2 ਤੱਤ ਨੂੰ ਇਕੱਠੀਆਂ ਇੱਕ ਥਾਂ 'ਤੇ ਰੱਖ ਲਿਆ, ਕੁਝ ਸਮਾਨ ਤੱਤਾਂ ਨੂੰ ਇੱਕ ਥਾਂ 'ਤੇ ਰੱਖ ਲਿਆ। ਇਹ ਤੁਸੀਂ ਬਣਾ ਲਓ ਦੋਸਤੋ, ਮੈਂ ਤਾਂ ਆਪਾਂ ਸਿੱਧਾ ਉਦਾਹਰਣ ਦੇਣਾ ਆਪਾਂ। ਹਾਂਜੀ ਉਦਾਹਰਣ, ਕੋਵਾਲਟ ਅਤੇ ਨਿਕਲ ਨੂੰ ਇੱਕ ਹੀ ਥਾਂ 'ਤੇ ਰੱਖਿਆ ਗਿਆ ਪਰੰਤੂ ਉਹਨਾਂ ਨੂੰ ਫਲੋਰੀਨ, ਕਲੋਰੀਨ ਅਤੇ ਬਰੋਮੀਨ ਦੇ ਨਾਲ ਇੱਕ ਹੀ ਤਿਕੜੀ ਸਾਹ ਵਿੱਚ ਰੱਖਿਆ ਗਿਆ ਹੈ ਜਦਕਿ ਕੋਬਾਲਟ ਅਤੇ ਨਿਕਲ ਦੇ ਗੁਣ ਫਲੋਰੀਨ ਅਤੇ ਕਲੋਰੀਨ ਅਤੇ ਬੋਰੋਮੀਨ ਤੋਂ ਬਿਲਕੁਲ ਭਿੰਨ ਹਨ। ਦੂਜੇ ਪਾਸੇ ਆਇਰਨ ਜੋ ਗੁਣ ਵਿੱਚ ਕੋਬਾਲਟ ਅਤੇ ਨਿਕਲ ਦੇ ਸਮਾਨ ਹਨ ਜੇ ਇਹਨਾਂ ਤੋਂ ਦੂਰ ਤਿਕੜੀ ਵਿੱਚ ਰੱਖਿਆ ਗਿਆ ਹੈ। ਅਤੇ ਲਾਸਟ ਵਿੱਚ ਪੁਆਇੰਟ ਲਿਖਿਓ, ਨਿਊਜ਼ੀਲੈਂਡ ਅਸ਼ਟਕ ਸਿਧਾਂਤ ਸਿਰਫ ਹਲਕੇ ਤੱਤਾਂ ਦੇ ਲਈ ਠੀਕ ਤਰ੍ਹਾਂ ਲਾਗੂ ਹੋ ਸਕਿਆ। ਠੀਕ ਹੈ ਦੋਸਤੋ, ਅਗਲਾ ਕੁਐਸਚਨ ਵੀ ਕਰ ਲੈਂਦੇ। ਇੱਥੇ ਲਿਖਿਆ ਦੋਸਤੋ ਤੁਹਾਡੀ ਸਹੂਲਤ ਲਈ ਆਹ ਵਾਲਾ ਕੁਐਸਚਨ, ਆਕਸੀ ਸਾਹ ਕਿਰਿਆ ਅਤੇ ਅਨਆਕਸੀ ਸਾਹ ਕਿਰਿਆ ਵਿੱਚ ਅੰਤਰ ਤੁਸੀਂ ਇੱਦਾਂ ਬਣਾ ਕੇ ਦਿਓ ਦੋਸਤੋ। ਠੀਕ ਹੈ, ਪੁਆਇੰਟਾਂ ਵਿੱਚ
ਐਕਸਿਸ ਆ ਕੇ ਇੱਕ ਵਾਰ ਲਿਖ ਲਿਓ ਅਤੇ ਅਨ ਐਕਸਿਸ ਆ ਕੇ ਲਿਖ ਦਿਓ, ਪੰਜ ਪੰਜ ਪੁਆਇੰਟ ਲਿਖ ਦਿਓ, ਸੱਤ ਪੁਆਇੰਟ ਲਿਖੇ ਦੋਸਤੋ, ਸੱਤੇ ਪੁਆਇੰਟ ਤੁਹਾਡੇ ਪੜ੍ਹ ਕੇ ਸੁਣਾ ਦਿੰਦਾ। ਐਕਸਿਸ ਆ ਕਿਰਿਆ ਨੰਬਰ ਇੱਕ, ਇਹ ਕਿਰਿਆ ਆਕਸੀਜਨ ਦੀ ਮੌਜੂਦਗੀ ਵਿੱਚ ਹੁੰਦਾ ਹੈ। ਅਨ ਐਕਸਿਸ ਆ ਕਿਰਿਆ, ਇਹ ਕਿਰਿਆ ਆਕਸੀਜਨ ਦੀ ਗੈਰ ਮੌਜੂਦਗੀ ਵਿੱਚ ਹੁੰਦੀ ਹੈ। ਇਹ ਨੰਬਰ ਦੋ ਆਕਸੀ ਕਿਰਿਆ ਦਾ, ਇਹ ਕਿਰਿਆ ਸੈੱਲ ਦੇ ਜੀਵ ਦਰਵ ਅਤੇ ਮਾਈਟੋਕਾਂਡੀਆ ਦੋਵਾਂ ਵਿੱਚ ਪੂਰਨ ਹੁੰਦੀ ਹੈ। ਇੱਦਾਂ ਦੇਖਣਾ, ਇਹ ਕਿਰਿਆ ਸਿਰਫ ਜੀਵ ਦਰਵ ਵਿੱਚ ਹੀ ਪੂਰੀ ਹੁੰਦੀ ਹੈ। ਇੱਧਰ ਤੀਸਰਾ ਪੁਆਇੰਟ ਆਕਸੀ ਵਿੱਚ, ਇਸ ਕਿਰਿਆ ਵਿੱਚ ਗਲੂਕੋਜ਼ ਦਾ ਪੂਰੀ ਤਰ੍ਹਾਂ ਆਕਸੀਕਰਨ ਹੁੰਦਾ ਹੈ। ਇੱਧਰ ਅਨਆਕਸੀ ਵਿੱਚ ਲਿਖਣਾ, ਇਸ ਕਿਰਿਆ ਵਿੱਚ ਗਲੂਕੋਜ਼ ਦਾ ਅਪੂਰਨ ਆਕਸੀਕਰਨ ਹੁੰਦਾ ਹੈ। ਨੰਬਰ ਫੋਰ ਆਕਸੀਕਰਨ ਦਾ, ਇਸ ਕਿਰਿਆ ਵਿੱਚ CO2 ਅਤੇ H2O ਬਣਦਾ ਹੈ, ਮਤਲਬ ਕਾਰਬਨ ਡਾਈਆਕਸਾਈਡ ਅਤੇ ਵਾਟਰ ਬਣਦਾ ਹੈ। ਇਸ ਕਿਰਿਆ ਵਿੱਚ ਐਲਕੋਹਲ ਅਤੇ ਕਾਰਬਨ ਡਾਈਆਕਸਾਈਡ ਬਣਦਾ ਹੈ, ਜਿਹਨੂੰ CO2 ਵੀ ਕਹਿੰਦੇ ਆ। ਅਤੇ ਫਿਫਥ ਪੁਆਇੰਟ, ਇਸ ਕਿਰਿਆ ਵਿੱਚ ਗਲੂਕੋਜ਼ ਦੇ ਇੱਕ ਅਣੂ ਵਿੱਚ 38 ATP ਅਣੂ ਮੁਕਤ ਹੁੰਦੇ ਹਨ। ਅਨਆਕਸੀ ਵਿੱਚ, ਇਸ ਕਿਰਿਆ ਵਿੱਚ ਗਲੂਕੋਜ਼ ਦੇ ਇੱਕ ਅਣੂ ਵਿੱਚ 2 ATP ਅਣੂ ਮੁਕਤ ਹੁੰਦੇ ਹਨ। ਅਤੇ ਸਿਕਸ ਪੁਆਇੰਟ ਆਕਸੀ ਕਿਰਿਆ ਦਾ, ਗਲੂਕੋਜ਼ ਦੇ ਇੱਕ ਅਣੂ ਦੇ ਪੂਰੀ ਤਰ੍ਹਾਂ ਆਕਸੀਜਨ ਤੋਂ 673 ਕੈਲੋਰੀ ਊਰਜਾ ਮੁਕਤ ਹੁੰਦੀ ਹੈ। ਛੇਵਾਂ ਪੁਆਇੰਟ ਇੱਧਰ ਲਿਖਣਾ, ਅਨਆਕਸੀ ਵਿੱਚ ਗਲੂਕੋਜ਼ ਦੇ ਅਣੂ ਅਧੂਰੇ ਆਕਸੀਕਰਨ ਨਾਲ 21 ਕਿਲੋ ਕੈਲੋਰੀ ਊਰਜਾ ਮੁਕਤ ਹੁੰਦੀ ਹੈ। ਅਤੇ ਸੱਤਵਾਂ ਪੁਆਇੰਟ ਲਾਸਟ, ਇਸ ਕਿਰਿਆ ਹੇਠ ਲਿਖੇ ਸਮੀਕਰਨ ਦਿਖਾਈ ਜਾਂਦੀ ਹੈ, ਤਾਂ ਸਮੀਕਰਨ ਯਾਦ ਕਰ ਲਿਓ ਦੋਸਤੋ, C6H12O6 ਪਲੱਸ 6O2 ਆਪਣੇ ਕੋਲ ਬਣ ਜਾਣਾ, 6CO2 ਪਲੱਸ 6H2O ਪਲੱਸ 673 ਅਤੇ ਤੁਸੀਂ ਲਿਖ ਸਕਦੇ ਹੋ ਕੈਲੋਰੀ ਵੀ ਕਹਿੰਦੇ ਪੰਜਾਬੀ 'ਚ, ਤੁਸੀਂ CKCL ਲਿਖ ਲਏ। ਅਤੇ ਸੱਤਵਾਂ ਪੁਆਇੰਟ ਇੱਥੇ ਲਿਖ ਦਿਓ ਦੋਸਤੋ, ਅਨਐਕਸੀ ਵਿੱਚ ਇਸ ਕਿਰਿਆ ਵਿੱਚ ਹੇਠ ਲਿਖਿਆ ਸਮੀਕਰਨ ਬਣਦੀ ਹੈ। ਇੱਦਾਂ ਲਿਖ ਦਿਓ, C6H12O6 ਆਪਣੇ ਕੋਲ ਬਣ ਜਾਣਾ, 2H2O2 ਪਲੱਸ 2CO2 ਪਲੱਸ 21 CKCAL। ਠੀਕ ਹੈ ਦੋਸਤੋ, ਵੈਸੇ ਲਾਸਟ ਕੁਸ਼ਚਨ ਤੋਂ ਜਿਹੜਾ ਲਾਸਟ ਪੁਆਇੰਟ ਦੋਸਤੋ, ਸੱਤਵਾਂ ਕੁਸ਼ਚਨ ਸ਼ਾਇਦ ਡਿਫੀਕਲਟ ਆ, ਥੋੜ੍ਹਾ ਮੌਕਾ ਵੈਸੇ ਕਰ ਲਿਆ ਬੈਟਰ, ਨਾ ਕੀਤਾ ਕੋਈ ਟੈਂਸ਼ਨ, 6 ਪੁਆਇੰਟ ਵੀ ਯਾਦ ਕਰ ਲਓ, ਬਹੁਤ ਗੱਲ ਤੁਹਾਨੂੰ ਨੰਬਰ ਮਿਲ ਜਾਣਗੇ ਦੋਸਤੋ। ਠੀਕ ਹੈ, ਅਗਲਾ ਦੋਸਤੋ ਸੀ ਆਪਣਾ ਆਹ ਵਾਲਾ, ਦੋ ਨਿਊਰਾਨ ਵਿਚਕਾਰ ਡੈਂਡਰਾਇਡ 'ਤੇ ਕੀ ਹੁੰਦਾ ਹੈ। ਅਤੇ ਤੁਸੀਂ ਆਨਸਰ ਇੰਨਾ ਲਿਖਣਾ ਦੋਸਤੋ, ਛੋਟਾ ਜਿਹਾ ਵੈਸੇ ਆਨਸਰ ਆ, 3 ਨੰਬਰ 'ਚ ਇੰਨਾ ਲਿਖਣਾ ਪੈਣਾ ਦੋਸਤੋ। ਹਾਂਜੀ ਦੋਸਤੋ, ਪ੍ਰਾਣੀਆਂ ਦੇ ਸਰੀਰ ਵਿੱਚ ਦੋ ਨਿਊਰਾਨ ਇੱਕ ਦੂਸਰੇ ਨਾਲ ਜੁੜ ਕੇ ਲੜੀ ਬਣਾਉਂਦੇ ਹਨ ਅਤੇ ਸੂਚਨਾ ਅੱਗੇ ਭੇਜਦੇ ਹਨ। ਸੂਚਨਾ ਇੱਕ ਨਿਊਰਾਨ ਦੇ ਡੈਂਡਰਾਇਡ ਸਿਰੇ ਦੀ ਨੋਕ ਦੁਆਰਾ ਪ੍ਰਾਪਤ ਕੀਤੀ ਜਾਂਦੀ ਹੈ ਅਤੇ ਇੱਕ ਰਸਾਇਣਿਕ ਕਿਰਿਆ ਦੁਆਰਾ ਇੱਕ ਬਿਜਲਈ ਆਵੇਗ ਪੈਦਾ ਕਰਦੀ ਹੈ ਅਤੇ ਇਹ ਆਵੇਗ ਡੈਂਡਰਾਇਡ ਤੋਂ ਸੈੱਲਾਂ ਤੱਕ ਪੁੱਜਦਾ ਹੈ ਅਤੇ ਸੈੱਲ ਬਾਡੀ ਵਿੱਚ ਹੁੰਦਾ ਹੋਇਆ ਇਸ ਦੇ ਅੰਤਿਮ ਸਿਰੇ ਤੱਕ ਪੁੱਜ ਜਾਂਦਾ ਹੈ। ਸੈੱਲ ਬਾਡੀ ਦੇ ਅੰਤ ਵਿੱਚ ਬਿਜਲੀ ਆਵੇਗ ਦੁਆਰਾ ਕੁਝ ਰਸਾਇਣਾਂ ਨੂੰ ਪੈਦਾ ਕਰਵਾਇਆ ਜਾਂਦਾ ਹੈ ਜੋ ਖਾਲੀ ਥਾਵਾਂ ਨੂੰ ਪਾਰ ਕਰ ਆਪਣੇ ਤੋਂ ਅਗਲੀ ਨਾੜੀ ਸੈੱਲ ਜਾਂ ਨਿਊਰਾਨ ਦੀ ਡੈਂਡਰਾਇਟ ਵਿੱਚ ਇਸ ਪ੍ਰਕਾਰ ਬਿਜਲੀ ਆਵੇਸ਼ ਨੂੰ ਸ਼ੁਰੂ ਕਰਾਉਂਦੇ ਹਨ। ਇਹ ਸਰੀਰ ਵਿੱਚ ਨਾੜੀ ਆਵੇਗ ਦੀ ਯਾਤਰਾ ਦਾ ਸਧਾਰਨ ਪ੍ਰਬੰਧ ਹੈ। ਠੀਕ ਹੈ ਦੋਸਤੋ, ਬਹੁਤ ਸੌਖਾ ਜੀ ਦੋਸਤੋ, ਅਗਲਾ ਕੁਸ਼ਚਨ ਇੱਕ ਹੋਰ ਰਹਿ ਗਿਆ ਹੈ ਨਾ, ਤਾਂ ਉਹ ਵੀ ਲਿਖਿਆ ਇੱਥੇ ਦੋਸਤੋ। ਹਾਂਜੀ ਆਹ ਵਾਲਾ ਸੀ, ਤਾਰੇ ਕਿਉਂ ਟਿਮਟਮਾਉਂਦੇ ਹਨ। ਉੱਤਰ ਫਿਰ ਛੋਟਾ ਜਿਹਾ ਹੈ ਦੋਸਤੋ, ਚਿੱਤਰ ਬਣਾਉਂਦੀ ਬਣਾਓ ਨਹੀਂ ਤਾਂ ਲੋੜ ਹੀ ਨਹੀਂ ਦੋਸਤੋ, ਮੈਂ ਤੁਹਾਡੇ ਜ਼ੂਮ ਕਰ ਦਿੰਦਾ ਤੁਹਾਨੂੰ ਕੁਸ਼ਚਨ ਲਿਖਣ 'ਚ। ਹਾਂਜੀ ਸੋ ਪੜ੍ਹਦੇ ਹਾਂ, ਤਾਰਿਆਂ ਦਾ ਟਿਮਟਮਾਉਣਾ ਵਿਖਾਈ ਦੇਣਾ ਤਾਰਿਆਂ ਦੇ ਪ੍ਰਕਾਸ਼ ਵਾਯੂਮੰਡਲੀ ਅਪਵਰਤਨ ਦੇ ਕਾਰਨ ਹੁੰਦੀ ਹੈ।
ਵਾਯੂਮੰਡਲ ਵਿੱਚ ਪ੍ਰਵੇਸ਼ ਕਰਨ ਪਿੱਛੋਂ ਪ੍ਰਿਥਵੀ ਦੀ ਸਤਹਿ ਉੱਤੇ ਪਹੁੰਚਣ ਤੱਕ ਤਾਰੇ ਦਾ ਪ੍ਰਕਾਸ਼ ਵਾਯੂਮੰਡਲੀ ਮਾਧਿਅਮ ਦੇ ਲਗਾਤਾਰ ਵੱਧ ਰਹੇ ਅਪਵਰਤਨਾਂਕ ਦੁਆਰਾ ਅਪਵਰਤਨ ਹੁੰਦਾ ਹੈ, ਜਿਸ ਤੋਂ ਪ੍ਰਕਾਸ਼ ਨੂੰ ਅਭਿਲੰਬ ਵਿੱਚ ਮੁੜ ਦਿੰਦਾ ਹੈ। ਖਤਿਜ ਵੱਲ ਦੇਖਣ ਨਾਲ ਤਾਰੇ ਦੀ ਅਭਾਸੀ ਸਥਿਤੀ ਉਸ ਦੀ ਵਾਸਤਵਿਕ ਸਥਿਤੀ ਤੋਂ ਕੁਝ ਉਚਾਈ ਉੱਤੇ ਪ੍ਰਤੀਤ ਹੁੰਦੀ ਹੈ। ਵਾਯੂਮੰਡਲ ਦੀਆਂ ਭੌਤਿਕ ਅਵਸਥਾਵਾਂ ਸਥਾਈ ਨਾ ਹੋਣ ਕਾਰਨ ਇਹ ਆਭਾਸੀ ਸਥਿਤੀ ਥੋੜ੍ਹਾ ਬਦਲਦੀ ਰਹਿੰਦੀ ਹੈ ਅਤੇ ਅੱਖਾਂ ਵਿੱਚ ਪ੍ਰਵੇਸ਼ ਕਰਨ ਵਾਲੇ ਤਾਰਿਆਂ ਦੇ ਪ੍ਰਕਾਸ਼ ਦੀ ਮਾਤਰਾ ਪਰਿਵਰਤਿਤ ਹੁੰਦੀ ਹੈ, ਜਿਸ ਕਾਰਨ ਕਈ ਤਾਰਾ ਕਦੀ ਚਮਕੀਲਾ ਅਤੇ ਕਦੀ ਚਮਕੀਲਾ ਅਤੇ ਕਦੀ ਧੁੰਦਲਾ ਜਾਪਦਾ ਹੈ, ਜੋ ਟਿਮਟਮਾਉਣ ਦਾ ਪ੍ਰਭਾਵ ਹੈ। ਅੱਗੇ ਕਰੀਏ ਦੋਸਤੋ, ਹੋ ਗਿਆ ਦੋਸਤੋ 35 ਕੁਸ਼ਚਨ, ਅੱਗੇ ਕਰਦੇ ਦੋਸਤੋ। ਹਾਂਜੀ ਦੋਸਤੋ, ਅਗਲਾ ਕੁਸ਼ਚਨ ਹੈ ਆਪਣਾ ਥੋੜ੍ਹਾ ਸ਼ੋਰਟ। ਹਾਂਜੀ, ਫਿਲਾਮੈਂਟ ਦੇ ਖੱਬੇ ਹੱਥ ਦਾ ਨਿਯਮ ਦਾ ਚਿੱਤਰ ਬਣਾਓ। 37ਵਾਂ ਕੁਸ਼ਚਨ, ਤੁਸੀਂ ਕੂੜੇ ਕਰਕਟ ਦੇ ਨਿਪਟਾਰੇ ਦੀ ਸਮੱਸਿਆ ਘੱਟ ਕਰਨ ਵਿੱਚ ਕੀ ਯੋਗਦਾਨ ਪਾ ਸਕਦੇ ਹੋ? ਕੋਈ ਦੋ ਤਰੀਕਿਆਂ ਦਾ ਵਰਣਨ ਕਰੋ। ਸੋ ਦੋਸਤੋ, ਕਰਦੇ ਇਹਨਾਂ ਦੇ ਆਂਸਰ। ਹਾਂਜੀ ਦੋਸਤੋ, 5 ਨੰਬਰ ਦੇ ਕਿੰਨੇ ਕੁਸ਼ਚਨ ਆਉਣੇ ਦੋਸਤੋ? ਮੇਰੇ ਖਿਆਲ ਨਾਲ 3 ਕੁਸ਼ਚਨ ਆਉਣੇ ਦੋਸਤੋ। ਹਾਂਜੀ, 5 ਨੰਬਰ ਅਤੇ 15 ਨੰਬਰ ਇਹਦੇ ਵਿੱਚ ਹੋਏ ਹਨ। ਠੀਕ ਹੈ ਦੋਸਤੋ, ਸੋ ਕਰਦੇ ਪਹਿਲਾਂ ਦੋਨੇ ਕੁਸ਼ਚਨ, ਫਿਰ 5 ਵਾਲੇ ਵੀ ਕਰ ਲੈਣੇ। ਹਾਂਜੀ ਦੋਸਤੋ, ਆਪਣਾ ਇਹ ਸੀ ਨਾ ਫਲੈਮਿੰਗ ਦਾ ਖੱਬਾ ਹੱਥ ਦਾ ਨਿਯਮ, ਜਾਂ ਫਲੈਮਿੰਗ ਦੇ ਖੱਬੇ ਹੱਥ ਦਾ ਨਿਯਮ ਲਿਖੋ, ਚਿੱਤਰ ਬਣਾਓ। ਤੁਸੀਂ ਇੱਦਾਂ ਬਣਾ ਦੇਣਾ, ਚਿੱਤਰ ਬਣਾਉਣਾ ਬਣਾ ਦਿਓ, ਅਤੇ ਆਪਾਂ ਹਲੇ ਨਿਯਮ ਪੁੱਛਿਆ, ਇਕੱਲਾ ਨਿਯਮ ਦੱਸਣਾ। ਜੇ ਚਿੱਤਰ ਪੁੱਛਿਆ ਫਿਰ ਤੁਸੀਂ ਇੱਦਾਂ ਚਿੱਤਰ ਬਣਾ ਦੇਣਾ। ਠੀਕ ਹੈ ਦੋਸਤੋ, ਚਿੱਤਰ ਤੁਹਾਡੇ ਸਾਹਮਣੇ ਬਣਿਆ ਹੋਇਆ। ਸੋ ਪੜ੍ਹ ਦਿੰਦੇ ਹਾਂ ਤੁਹਾਡੀ ਸਹੂਲਤ ਲਈ। ਫਲੈਮਿੰਗ ਦਾ ਖੱਬਾ ਹੱਥ ਦਾ ਨਿਯਮ ਲਿਖੋ। ਉੱਤਰ, ਫਲੈਮਿੰਗ ਦਾ ਖੱਬਾ ਹੱਥ ਦਾ ਨਿਯਮ। ਇਸ ਨਿਯਮ ਦੇ ਅਨੁਸਾਰ ਆਪਣੇ ਖੱਬੇ ਹੱਥ ਦੀ ਪਹਿਲੀ ਉਂਗਲੀ, ਵਿਚਕਾਰਲੀ ਉਂਗਲੀ ਅਤੇ ਅੰਗੂਠਾ ਨੂੰ ਇਸ ਪ੍ਰਕਾਰ ਫੈਲਾਓ ਕਿ ਇਹ ਤਿੰਨੋਂ ਇੱਕ ਦੂਜੇ 'ਤੇ ਪਰਸਪਰ ਲੰਬ ਰੂਪ ਵਿੱਚ ਹੋਣ। ਜੇਕਰ ਪਹਿਲੀ ਉਂਗਲੀ ਚੁੰਬਕੀ ਖੇਤਰ ਦੀ ਦਿਸ਼ਾ, ਵਿਚਕਾਰਲੀ ਉਂਗਲੀ ਚਾਲਕ ਵਿੱਚ ਪ੍ਰਭਾਵਿਤ ਬਿਜਲੀ ਧਾਰਾ ਦੀ ਦਿਸ਼ਾ ਵਿੱਚ ਸੰਕੇਤ ਕਰਦੀ ਹੈ, ਤਾਂ ਅੰਗੂਠਾ ਚਾਲਕ ਦੀ ਗਤੀ ਦੀ ਦਿਸ਼ਾ ਜਾਂ ਚਾਲਕ ਉੱਤੇ ਲੱਗ ਰਹੇ ਬਲ ਦੀ ਦਿਸ਼ਾ ਵੱਲ ਸੰਕੇਤ ਕਰੇਗੀ। ਦੋਸਤੋ, ਪਹਿਲਾਂ ਵੀ ਆਪਾਂ ਪੜ੍ਹ ਚੁੱਕੇ ਹਾਂ ਦੋਸਤੋ ਇਹ ਵਾਲਾ ਉਦਾਹਰਣ ਵਿੱਚ ਤੁਹਾਡੇ ਡਿਸਕਸ ਕੀਤਾ ਜੀ ਦੋਸਤੋ, ਅਤੇ ਤੁਸੀਂ ਦੇਖਣਾ ਤਾਂ ਦੇਖ ਸਕਦੇ। ਛੋਟਾ ਛੋਟਾ ਵੈਸੇ ਇੰਨਾ ਕੁ ਦੋਸਤੋ ਕੁਸ਼ਚਨ ਆ, ਛੋਟਾ ਜਿਹਾ ਕੁਸ਼ਚਨ ਵੈਸੇ 3 ਨੰਬਰ ਦਾ ਹੈਗਾ ਦੋਸਤੋ। ਚੰਗੀ ਤਾਂ ਤੁਸੀਂ ਯਾਦ ਕਰ ਲਿਓ, ਉਮੀਦ ਤਾਂ ਤੁਹਾਨੂੰ ਸਮਝ ਆ ਗਿਆ। ਅੱਗੇ ਕਰੀਏ। ਹਾਂਜੀ, ਅੱਗੇ ਚੱਲਦੇ ਦੋਸਤੋ। ਹਾਂਜੀ, ਅਗਲਾ ਕੁਸ਼ਚਨ ਵੀ ਇੱਥੇ ਹੀ ਆ, ਉਹ ਵੀ ਦੇਖ ਲੈਂਦੇ। ਹਾਂਜੀ ਦੋਸਤੋ, ਅਗਲਾ ਕੁਸ਼ਚਨ ਸੀ ਆਪਣਾ ਆ ਵਾਲਾ, ਤੁਸੀਂ ਕੂੜੇ ਕਰਕਟ ਦੇ ਨਿਪਟਾਰੇ ਦੀ ਸਮੱਸਿਆ ਘੱਟ ਕਰਨ ਵਿੱਚ ਕੀ ਯੋਗਦਾਨ ਪਾ ਸਕਦੇ ਹੋ? ਕੋਈ ਦੋ ਉਦਾਹਰਣ ਤਰੀਕਿਆਂ ਦਾ ਵਰਣਨ ਕਰੋ। ਸੋ ਪੜ੍ਹ ਦਿੰਦੇ ਦੋਸਤੋ ਤੁਹਾਡੀ ਸਹੂਲਤ ਲਈ। ਹਾਂਜੀ, ਕੂੜਾ ਕਰਕਟ ਵਿਅਕਤੀ ਅਤੇ ਸਮਾਜ ਦੋਨਾਂ ਦੇ ਲਈ ਬਹੁਤ ਹਾਨੀਕਾਰਕ ਹੈ, ਕਿਉਂਕਿ ਇਸ ਨਾਲ ਸਿਰਫ ਗੰਦਗੀ ਹੀ ਨਹੀਂ ਫੈਲਦੀ ਬਲਕਿ ਇਹ ਕਈ ਪ੍ਰਕਾਰ ਦੀਆਂ ਬਿਮਾਰੀਆਂ ਦਾ ਕਾਰਨ ਬਣਦੀ ਹੈ। ਇਸ ਦੇ ਨਿਪਟਾਰੇ ਲਈ ਹੇਠ ਲਿਖੇ ਦੋ ਤਰੀਕਿਆਂ ਨੂੰ ਅਪਣਾਇਆ ਜਾ ਸਕਦਾ ਹੈ। ਤੁਸੀਂ ਦੋ ਤਰੀਕੇ ਪੜ੍ਹ ਦਿੰਦੇ ਦੋਸਤੋ ਤੁਹਾਡੀ ਸਹੂਲਤ ਲਈ। ਮੁੜ ਚੱਕੜ ਅਤੇ ਮਿੱਟੀ ਵਿੱਚ ਦਬਾਉਣਾ। ਮੁੜ ਚੱਕੜ ਵਾਲੇ ਪੜ੍ਹਦੇ ਦੋਸਤੋ, ਕਚਰੇ ਜਾਂ ਕੂੜੇ ਕਰਕਟ ਵਿੱਚੋਂ ਕਾਗਜ਼, ਪਲਾਸਟਿਕ, ਧਾਤਾਂ, ਚੀਥੜੇ ਆਦਿ ਚੂਣ ਕਰਕੇ ਅਲੱਗ ਕਰਕੇ ਉਹਨਾਂ ਦਾ ਮੁੜ ਚੱਕਰਨ ਕੀਤਾ ਜਾਣਾ ਚਾਹੀਦਾ ਹੈ। ਪੁਰਾਣੇ ਕੱਪੜੇ ਅਤੇ ਕਾਗਜ਼ਾਂ ਦੇ ਮੁੜ ਚੱਕਰਨ ਨਾਲ ਦਰੱਖਤਾਂ ਨੂੰ ਕੱਟਣ ਤੋਂ ਬਚਾਇਆ ਜਾ ਸਕਦਾ ਹੈ। ਪਲਾਸਟਿਕ ਦਾ ਵਾਰ ਵਾਰ ਉਪਯੋਗ ਕੀਤਾ ਜਾ ਸਕਦਾ ਹੈ ਅਤੇ ਮਿੱਟੀ ਦਾ ਦਬਾਉਣਾ। ਜੈਵਿਕ ਵਿਘਟਨਸ਼ੀਲ ਪਦਾਰਥਾਂ ਨੂੰ ਮਿੱਟੀ ਵਿੱਚ ਦਬਾ ਕੇ ਕੂੜੇ ਕਰਕਟ ਦਾ ਨਿਪਟਾਰਾ ਕੀਤਾ ਜਾ ਸਕਦਾ ਹੈ। ਉਸ ਨਾਲ ਖਾਦ ਪ੍ਰਾਪਤ ਕਰ ਕੇ ਖੇਤਾਂ ਵਿੱਚ ਵਰਤੀ ਜਾ ਸਕਦੀ ਹੈ। ਇਹ ਵੀ ਦੋਸਤੋ ਛੋਟਾ ਜਿਹਾ ਹੀ। ਸੋ ਅੱਗੇ ਕਰਦੇ ਇੱਕ ਹੋਰ ਕੁਸ਼ਚਨ ਆਪਣਾ, ਬਸ ਇੰਨਾ ਹੀ ਭਾਗ ਹੋ ਗਿਆ।
हाँ जी दोस्तों भाग ही कंप्लीट, भाग सस्ता देख लेने दोस्तों, जा वाले भी ताड़ी सहूलत हित विच करा दांगे दोस्तों। हाँ जी दोस्तों फर्स्ट क्वेश्चन है अपना जरा वेरी वेरी मोशन फाइनल एग्जाम तक दोस्तों पक्का होगा क्वेश्चन, 100 नहीं 200% मैं कहना दोस्तों पक्का होगा ये दोस्तों, ठीक है। तो इन्हों चंगी तरह याद करो, रसायनिक अन भौतिक गुण, इतना रसायनिक पूछा तो रसायनिक गुण ये करा देने दोस्तों। तातां अते तातां दे रसायनिक गुणा की तुलना करो जा खनिज अते कच्ची धात विच अंतर लिखो, दो क्वेश्चन करने आप इतने। अंकित चित्र की सहायता नाल फुल दे भागा बख बख भागा का वर्णन करो जा लिंगी अते अलिंगी विच अंतर दसो। सो कर देने दोस्तों दो क्वेश्चन जोड़े है जो चार क्वेश्चन हो गए हिसाब ना, सो इन्हें आंसर चलिए आंसर वाल। हाँ जी हाँ जी दोस्तों जिम्मे देख सकते हो रसायनिक गुणा के आधार पर धातों अते धातों का अंतर, सो ताड़ी सोच लिखा है दोस्तों। सो पढ़ दें ताड़ी से जल्दी जल्दी पांच पॉइंट लिख दियो बस तुहानू पांच नंबर मिल जूगा, धातों ते धातों इस तरह, ठीक है। सो पढ़ते आप फस्ट पॉइंट है धात की, धातों खारे ऑक्साइड बनाउंदियां हन, अधातों तेजाब तेजाबी अते उदासीन ऑक्साइड बनाउंदियां हन। दूजा पॉइंट धातों हल्के तेजाब नाल किरिया करके हाइड्रोजन गैस विस्थापित करदियां हन, अधातां तेजाब विचों हाइड्रोजन विस्थापित नहीं करदियां हन। तीसरा पॉइंट धातों क्लोरीन नाल किरिया करके संयोजी क्लोराइड जिन्हों आयनी क्लोराइड बनाउंदियां हन, यह बिजली संयोजी क्लोराइड बिजली अपघटन अते बाष्पी बाष्पशील हुंदे हन। तीसरा पॉइंट धातों क्लोरीन दे नाल सही संयोजी योजक बनाते हैं जेडे बिजली बिजली अपघटन नहीं होंगे परंतु बाष्पशील होंगे हैं। तो धातों लघु कारक होंगे हैं, अधातों आसकी कार आकसी कारक होंगे हैं, तो धातों जोड़े है कुछ धातों कुछ धातों हाइड्रोजन नाल संयोग करके हाइड्राइड बनाउंदियां हन जेडे बिजली संयोजक होंदे हन, अधातां हाइड्रोजन कई प्रकार के स्थाई हाइड्रोइड बनाउंदियां हन जेडे सही संयोजक होंदे हन। सो इसी दोस्तों अगला क्वेश्चन भी इत्थे लिखिया था सहूलत लई आ वाला, खनिज अते कच्ची धात विच अंतर दोस्तों, ये भी छोटा जिहा वैसे तुसीं तुहाडी सहूलत लिखिया होया दोस्तों चार पॉइंटां विच। सो पढ़ दिंदे दोस्तों जल्दी जल्दी। हाँ जी खनिज का पहला पॉइंट, जिन्हां प्रकृतिक पदार्थों विचों धातों के योजक विच योजक उपस्थिति होंदे हन खनिज कहाउंदी है, तो कच्ची धात जिन्हां खनिजां तो लाभदायक अते सोख नाल धातां प्राप्त कीतियां जा सकदियां हन उन्हां नूं कच्ची धात कहिंदे हन। नंबर दो, कई खनिजां विच धात दी प्रतिशत मात्रा बहुत ज़्यादा होंदी है जबकि होरां विच धात दी प्रतिशत मात्रा बहुत घट होंदी है। इधर कच्ची धात विच लिखना, सारियां कच्ची धातां विच धात दी काफ़ी मात्रा होंदी है। तो तीसरा पॉइंट तुसीं लिख दिओ, कुछ खनिजां विच अशुद्धियां दी बहुत वध मात्रा होंदी है जो धात निष्करण विच रुकावट पाउंदी है। तो इधर कच्ची धात कच्ची धातों विच कोई भी रुकावट पाउण वालियां अशुद्धियां नहीं होंदियां हन। तो चौथा पॉइंट, सारे खनिजां नूं धात निष्करण लई उपयोग नहीं किया जा सकता है, पर सारे खनिज कच्ची धात नहीं होंदे हन। तो इधर लिखना चौथा पॉइंट, सारिया कच्ची धातों नूं धात निष करण दे लई उपयोग किया जा सकता है। तो एक होर क्वेश्चन से आप भी इतने लिखा है दोस्तों आ वाला क्वेश्चन, तुम दो तरह के आ सकते, अंकित चित्र सहायता नाल फुल दे भागा का वर्णन कर रहा, अपना क्वेश्चन केड़ा है दोस्तों नीचला जां वाला है दोस्तों, ठीक है। दिया क्वेश्चन तुम इस तरह भी आ सकता दोस्तों, इस तरह भी आ सकता, इस तरह अपना क्वेश्चन आया हुआ, फुलां दे लंबात अते घाट अंकित चित्र बना के फुलां दे वख वख भागा का वर्णन करो। सो करते हैं दोस्तों आप, हाँ जी दोस्तों सो भी ऐसे पाँच नंबर दोस्तों छोटा जहा ऐसे, सो पढ़ देने ताड़ी सहूलत। उत्तर, फुलदार पौद्यां विच फुल लिंगी जनन विच सहायता करता है,
ਫੁੱਲਾਂ ਦੀ ਸਹਾਇਤਾ ਨਾਲ ਬੀਜ ਬਣਦੇ ਹਨ। ਫੁੱਲਾਂ ਵਿੱਚ ਇੱਕ ਆਧਾਰੀ ਭਾਗ ਹੁੰਦਾ ਹੈ ਜਿਸ ਉੱਪਰ ਫੁੱਲ ਦੇ ਸਾਰੇ ਭਾਗ ਹੁੰਦੇ ਹਨ। ਇਸ ਨੂੰ ਫੁੱਲ ਆਸਣ ਕਹਿੰਦੇ ਹਨ। ਫੁੱਲ ਦੇ ਮੁੱਖ ਰੂਪ ਵਿੱਚ ਚਾਰ ਭਾਗ ਹੁੰਦੇ ਹਨ। ਸੋ ਭਾਗ ਪੜ੍ਹਨ 'ਚ ਪਹਿਲਾਂ ਤੁਹਾਨੂੰ ਫੁੱਲ ਬਾਰੇ ਡਿਸਟਰਬ ਕਰ ਲਿਆ ਦੋਸਤੋ ਥੋੜ੍ਹਾ ਜਿਹਾ। ਹਾਂਜੀ, ਆਹ ਦੇਖੋ ਦੋਸਤੋ ਆਪਣਾ ਫੁੱਲ ਆ ਜਿਹੜਾ ਇੱਧਰ ਪੁੰਕੇਸਰ ਹੁੰਦਾ ਉਹ ਨਰਦ ਹੁੰਦਾ। ਨਰ ਮਤਲਬ ਤੁਹਾਨੂੰ ਪਤਾ ਹੀ ਹੁੰਦਾ ਆਦਮੀ, ਅਤੇ ਜਿਹਦੇ ਵਿੱਚ ਕੀ ਆਉਂਦਾ ਪਰਾਕੋਸ ਅਤੇ ਤਾਂ ਜਿਹੜਾ ਪਰਾਂਕੋਸ ਅਤੇ ਸਟੈਗ ਪਰੰਤੂ ਤੁਸੀਂ ਲਿਖਿਆ ਪੰਤੂ ਤੂੰ ਅਤੇ ਇਹਦਾ ਸਟਿਗਮਾ ਵੀ ਕਹਿ ਦਿਓ ਦੋਸਤੋ। ਅਤੇ ਇਹ ਇਸ ਤਰੀਕੇ ਕਿਸ ਤਰ੍ਹਾਂ ਸਟਿਗਮਾ ਆ ਜਾਂਦਾ, ਵਰਤਿਕਾ ਆ ਜਾਂਦਾ, ਅੰਡਕੋਸ਼ ਆ ਜਾਂਦਾ, ਬੀਜਾਂਡ ਬੀਜਾਂਡ ਜਾਂ ਆਂਡੇ ਕਹਿ ਦਿਓ ਜਿਹਨੂੰ ਅੰਡਕੋਸ਼ ਵੀ ਕਹਿ ਦਿੰਦੇ ਦੋਸਤੋ, ਉਹਨੂੰ ਆ ਜਾਂ ਫਿਰ ਦਲ ਜਾਂ ਬਾਹਰਲੀ ਦਲ ਹੁੰਦਾ ਅਤੇ ਹਰੀਆਂ ਪੱਤੀਆਂ। ਵੈਸੇ ਇਹ ਡਾਇਗਰਾਮ ਰਹਿੰਦਾ ਦੋਸਤੋ, ਮੈਂ ਤੁਹਾਨੂੰ ਸੌਖਾ ਡਾਇਗਰਾਮ ਕਰਾਉਂਦਾ ਦੋਸਤੋ। ਹਾਂਜੀ ਦੋਸਤੋ, ਤੁਸੀਂ ਇਹ ਵਾਲਾ ਡਾਇਗਰਾਮ ਬਣਾ ਕੇ ਆਉਣਾ, ਆਪਣਾ ਅੰਡਕੋਸ਼ ਇਸ ਤਰ੍ਹਾਂ ਅਤੇ ਹਰੀ ਪੱਤੀਆਂ ਵੀ ਬਣਾ ਦਿਓ, ਰੰਗਦਾਰ ਪੱਤੀਆਂ ਜਿਹੜੇ ਆ। ਜਿਹੜਾ ਫਿਲਾਮੈਂਟ ਪੁੰਕੇਸਰ ਵਿੱਚ ਆਉਂਦਾ ਅਤੇ ਪਰਾਕੋਸ਼ ਇਹ ਪੁੰਕੇਸਰ ਵਿੱਚ, ਅਤੇ ਸਟਿਗ ਇਸ ਤਰੀਕੇ ਸਰ ਵਿੱਚ ਮਤਲਬ ਮਾਦਾ ਵਿੱਚ ਆ ਜਾਂਦਾ, ਸਟਿਗਮਾ ਸਟਾਈਲ ਅਤੇ ਅੰਡਕੋਸ਼। ਠੀਕ ਹੈ ਦੋਸਤੋ, ਇਸ ਤਰ੍ਹਾਂ ਬਣਾ ਦਿਓ। ਤੁਹਾਨੂੰ ਇੱਥੇ ਹੀ ਕਰਾ ਦਿੰਦਾ ਦੋਸਤੋ ਇਹ ਕੁਸ਼ਚਨ ਦਾ ਆਂਸਰ, ਛੋਟਾ ਜਿਹਾ ਇੱਥੇ ਛੋਟਾ ਜਿਹਾ ਆਂਸਰ ਵੈਸੇ ਹੈਗਾ, ਜਿਹੜੇ ਯਾਦ ਨਾ ਕਰ ਸਕੇ ਦੋਸਤੋ ਉਹਨਾਂ ਦੇ ਲਈ ਸਹੀ ਆ। ਫੁੱਲ ਪੁਸ਼ਪੀ ਪੌਦਿਆਂ ਵਿੱਚ ਫੁੱਲ ਲਿੰਗੀ ਜਨਨ ਵਿੱਚ ਸਹਾਇਤਾ ਕਰਦਾ ਹੈ। ਫੁੱਲਾਂ ਦੀ ਸਹਾਇਤਾ ਨਾਲ ਵੀ ਬਣਦੇ ਬੀਜ ਬਣਦੇ, ਲਿਖਿਆ ਨਹੀਂ ਸੀ, ਬੀਜ ਬਣਦੇ ਹਨ। ਫੁੱਲ ਵਿੱਚ ਇੱਕ ਆਧਾਰੀ ਭਾਗ ਹੁੰਦਾ ਹੈ ਜਿਸ ਉੱਪਰ ਫੁੱਲ ਦੇ ਸਾਰੇ ਭਾਗ ਲੱਗੇ ਹੁੰਦੇ ਹਨ। ਅੱਗੇ ਇੱਧਰ ਦਿੱਤਾ ਹੋਇਆ ਦੋਸਤੋ, ਹਾਂਜੀ ਪੜ੍ਹ ਦਈਏ ਛੋਟੇ ਛੋਟੇ ਕਰਕੇ, ਹਾਂਜੀ ਹੁੰਦੇ ਹਨ। ਇਸ ਨੂੰ ਪੁਸ਼ਪ ਆਸਣ ਕਹਿੰਦੇ ਹਨ। ਫੁੱਲ ਦੇ ਮੁੱਖ ਰੂਪ ਵਿੱਚ ਚਾਰ ਭਾਗ ਹੁੰਦੇ ਹਨ, ਬਾਹਰਲੀ ਦਲ ਪੁੰਜ ਜਿਹਨੂੰ ਹਰੀਆਂ ਪੱਤੀਆਂ, ਇਹ ਫੁੱਲ ਦਾ ਸਭ ਤੋਂ ਬਾਹਰਲੀ ਭਾਗ ਹੈ। ਦਲ ਪੁੰਜ ਜਾਂ ਰੰਗਦਾਰ ਪੱਤੀਆਂ, ਬਾਹਰਲੇ ਦਲ ਪੁੰਜ ਦੇ ਅੰਦਰ ਭਾਗ ਨੂੰ ਦਲ ਪੁੰਜ ਕਹਿੰਦੇ ਹਨ। ਅਤੇ ਤੀਸਰਾ ਪੁੰਕੇਸਰ, ਇਹ ਫੁੱਲ ਦਾ ਬਾਹਰੋਂ ਤੀਸਰਾ ਭਾਗ ਹੈ। ਅਤੇ ਇਸਰੀ ਕੇਸਰ, ਇਹ ਫੁੱਲ ਦਾ ਮਾਦਾ ਭਾਗ ਹੈ ਹੁੰਦਾ ਹੈ। ਇਸ ਦੇ ਹਰ ਅੰਗ ਨੂੰ ਇਸਤਰੀ ਕੇਸਰ ਜਾਂ ਗਰਭ ਕੇਸਰ ਕਹਿੰਦੇ ਹਨ। ਇਸ ਦੇ ਤਿੰਨ ਭਾਗ ਹੁੰਦੇ ਹਨ, ਸਟਿਗਮਾ, ਵਰਤਿਕਾ, ਅੰਡਕੋਸ਼ ਅਤੇ ਅੰਦਰ ਬੀਜਾਣੂ ਹੁੰਦੇ ਹਨ। ਠੀਕ ਹੈ ਦੋਸਤੋ, ਸੋ ਇਹ ਆਪਣਾ ਸੀ ਕੁਛ ਤੋਂ, ਹੁਣ ਤੋਂ ਅਗਲਾ ਕਰਦੇ ਹਾਂ ਦੋਸਤੋ। ਹਾਂਜੀ ਵਧਣ ਤੋਂ ਪਹਿਲਾਂ ਦੋਸਤੋ, ਹਾਂਜੀ ਕਿੱਥੇ ਆ ਗਿਆ, ਹਾਂਜੀ ਦੋਸਤੋ ਜੇਕਰ ਵਿਸਤਾਰ ਨਾਲ ਕਰਨਾ ਦੋਸਤੋ ਇੱਥੋਂ ਕਰ ਸਕਦੇ ਦੋਸਤੋ, ਇੱਥੇ ਵਿਸਤਾਰ ਨਾਲ ਦੋਸਤੋ ਦਿੱਤਾ ਹੋਇਆ। ਵੀਡੀਓ ਨੂੰ ਥੋੜ੍ਹਾ ਰੋਕ ਲਿਓ, ਜਾਂ ਤੁਸੀਂ ਪੜ੍ਹਨਾ ਪੜ੍ਹ ਲਿਓ ਦੋਸਤੋ, ਕਿਉਂਕਿ ਥੋੜ੍ਹਾ ਵੱਡਾ ਸੀ, ਮੈਂ ਫਿਰ ਪੜ੍ਹ ਦੇਣਾ ਅਤੇ ਫਿਰ ਮੈਂ ਪੜ੍ਹ ਹੀ ਦੇਣਾ ਨਹੀਂ ਤਾਂ। ਹਾਂਜੀ ਬਾਹਰਲੇ ਦਲ ਪੁੰਜ ਜਾਂ ਹਰੀਆਂ ਪੱਤੀਆਂ, ਇਹ ਫੁੱਲ ਦਾ ਸਭ ਤੋਂ ਬਾਹਰਲੀ ਭਾਗ ਹੁੰਦਾ ਹੈ। ਇਹ ਹਰੇ ਪੱਤਿਆਂ ਦੇ ਰੂਪ ਵਿੱਚ ਹੁੰਦਾ ਹੈ ਜਿਨ੍ਹਾਂ ਨੂੰ ਬਾਹਰਲੇ ਦਲ ਪੁੰਜ ਕਹਿੰਦੇ ਹਨ। ਇਹ ਕਲੀ ਦੀ ਅਵਸਥਾ ਵਿੱਚ ਫੁੱਲ ਦੀ ਰੱਖਿਆ ਕਰਦਾ ਹੈ। ਦਲ ਪੁੰਜ ਦਾ ਰੰਗਦਾਰ ਪੱਤੀਆਂ, ਬਾਹਰਲੇ ਦਲ ਪੁੰਜ ਦੇ ਅੰਦਰਲੇ ਭਾਗ ਨੂੰ ਦਲ ਪੁੰਜ ਕਹਿੰਦੇ ਹਨ। ਹਰ ਰੰਗ ਪੰਖੂੜੀ ਜਾਂ ਦਲ ਪੁੰਜ ਕਹਾਉਂਦੀ ਹੈ। ਇਸ ਦਾ ਰੰਗ ਵੱਖ ਵੱਖ ਫੁੱਲਾਂ ਵਿੱਚ ਵੱਖ ਵੱਖ ਹੁੰਦਾ ਹੈ। ਇਹਨਾਂ ਦਾ ਕਾਰਜ ਕੀਟਾਂ ਨੂੰ ਆਕਰਸ਼ਿਤ ਕਰਕੇ ਪਰਾਗਣ ਵਿੱਚ ਸਹਾਇਤਾ ਕਰਨਾ। ਅਤੇ ਅੱਗੇ ਹੈਗਾ ਪੁੰਕੇਸਰ ਜਿਹਨੂੰ ਨਰ ਭਾਗ ਕਹਿੰਦੇ ਹਨ। ਇਹ ਫੁੱਲ ਦਾ ਬਾਹਰੋਂ ਤੀਸਰਾ ਭਾਗ ਹੈ। ਇਸ ਦਾ ਹਰ ਅੰਗ ਨੂੰ ਪੁੰਕੇਸਰ ਕਹਿੰਦੇ ਹਨ। ਪੁੰਕੇਸਰ ਦੇ ਮੁੱਖ ਦੋ ਭਾਗ ਹੁੰਦੇ ਹਨ, ਪਰਾਕੋਸ ਅਤੇ ਜਿਹਨੂੰ ਫਿਲਾਮੈਂਟ ਵੀ ਕਹਿ ਦਿੰਦੇ ਦੋਸਤੋ, ਫਿਲਾਮੈਂਟ। ਪਰਾਕੋਸ ਯੋਜੀ ਦੁਆਰਾ ਪਰਾਕੋਸ਼ ਨਾਲ ਜੁੜਿਆ ਹੁੰਦਾ ਹੈ। ਪਰਾਕੋਸ਼ ਦੇ ਅੰਦਰ ਪਰਾਕਰਨ ਹੁੰਦੇ ਹਨ। ਇਹ ਨਿਸ਼ੇਚਨ ਤੋਂ ਬਾਅਦ ਬੀਜ ਬਣਾਉਂਦੇ ਹਨ। ਅਤੇ ਇਸ ਤਰੀਕੇ ਸਰ ਉਹੀ ਹੈ ਦੋਸਤੋ, ਸੋ ਪੜ੍ਹਨਾ ਪੜ੍ਹੋ ਦੋਸਤੋ, ਅੱਗੇ ਵੱਧਦੇ ਦੋਸਤੋ। ਹਾਂਜੀ ਅਗਲਾ ਕੁਸ਼ਚਨ ਵੀ ਇੱਥੇ ਹੈ ਦੋਸਤੋ, ਤੁਹਾਡੇ ਸਹੂਲਤ ਲਿਖਿਆ ਲਿੰਗੀ ਜਨਨ ਵਿੱਚ ਅੰਤਰ। ਸੋ ਛੋਟਾ ਜਿਹਾ ਦੋਸਤੋ ਇਹ ਵੀ ਕਰ ਲੈਂਦੇ ਆਪਾਂ। ਇਸ ਕਿਰਿਆ ਵਿੱਚ ਨਰ ਅਤੇ ਮਾਦਾ ਦੋਹਾਂ ਦੀ ਲੋੜ ਹੁੰਦੀ ਹੈ। ਅਤੇ ਅਲਿੰਗੀ ਜਨਮ ਵਿੱਚ ਇਸ ਕਿਰਿਆ ਵਿੱਚ ਨਰ ਅਤੇ ਮਾਦਾ ਦੋਹਾਂ ਦੀ ਲੋੜ ਨਹੀਂ ਹੁੰਦੀ। ਅਤੇ ਲਿੰਗੀ ਜਨਮ ਵਿੱਚ ਇਸ ਕਿਰਿਆ ਦਾ ਜਨਨ ਉੱਚ ਸ਼੍ਰੇਣੀ ਦੇ ਜੀਵਾਂ ਵਿੱਚ ਹੁੰਦੀ ਹੈ। ਅਤੇ ਇੱਧਰ ਲਿਖਿਓ, ਇਹ ਨਿਮਨ ਸ਼੍ਰੇਣੀ ਦੇ ਜੀਵਾਂ ਵਿੱਚ ਹੁੰਦਾ ਹੈ। ਅਤੇ ਤੀਸਰਾ ਪੁਆਇੰਟ, ਲਿੰਗੀ ਜਨਨ ਨਿਸ਼ੇਚਨ ਕਿਰਿਆ ਦੇ ਬਾਅਦ ਜੀਵ ਬਣਨਾ ਸ਼ੁਰੂ ਕਰਦਾ ਹੈ। ਅਤੇ ਅਲਿੰਗੀ ਜਨਨ ਜੀਵ ਵਿੱਚ ਨਿਸ਼ੇਚਨ ਕਿਰਿਆ ਨਹੀਂ ਹੁੰਦੀ ਹੈ। ਅਤੇ ਫੋਰਥ ਪੁਆਇੰਟ ਇਹਦਾ ਲਿੰਗੀ ਜਨਨ ਦਾ, ਇਸ ਜਨਨ ਦੁਆਰਾ ਪੈਦਾ ਸੰਤਾਨ ਵਿੱਚ ਨਵੇਂ ਗੁਣ ਵਿਕਸਿਤ ਹੁੰਦੇ ਹਨ। ਅਤੇ ਇੱਧਰ ਨਵੇਂ ਗੁਣ ਵਿਕਸਿਤ ਨਹੀਂ ਹੁੰਦੇ, ਤੁਸੀਂ ਲਿਖਣਾ ਇਸ ਜਨਨ ਦੁਆਰਾ ਪੈਦਾ ਸੰਤਾਨ ਵਿੱਚ ਨਵੇਂ ਗੁਣ ਨਹੀਂ ਆ ਸਕਦੇ ਹਨ, ਵਿਕਸਿਤ ਨਹੀਂ ਹੁੰਦੇ ਹਨ। ਅਤੇ ਲਾਸਟ ਪੁਆਇੰਟ ਲਿਖਿਓ ਤੁਸੀਂ ਲਿੰਗੀ ਜਨਨ ਦਾ,
इस किरिया विच बीजाणु पैदा नहीं हुंदे हन। तो इधर लिखो तुसी इस किरिया विच एक सैली बीजाणु जिवें कि फफूंदी विच पैदा हो सकदा हो सकते हैं। ठीक है दोस्तों, तो अगे करिए दोस्तों। हाँ जी दोस्तों अगला 40वां क्वेश्चन एंड क्वेश्चन दिता पढ़ लीजिए, तो बाद जा वाला तो अगली वीडियो कराऊंगा दोस्तों। वैसे क्वेश्चन तुम दिखा दूंगा की है आंसर भी। बिजली तारा की इकाई का ना अते परिभाषा लिखो। तो अड़ा किसी चालक का प्रतिरोध किन्हां कारकों उत्ते निर्भर करता है। जा दो बल बिजली लैंपा जिन्हां विच एक 300 वोल्ट दो 220 वोल्ट अंकित है अते दूजे ते 60 वोल्ट ते 220 वोल्ट है। बिजली मुख लाइन नाल समांतर विच जुड़े गए हैं। जेकर बिजली की पूर्ति दी वोल्ट हाँ जी वोल्ट ता 220 वोल्ट है तो बिजली की मुख लाइन तो किन्नी धारा लई जाती है। सो करिए दोस्तों इन्हां दे आंसर। हाँ जी दोस्तों अपना क्वेश्चन सी बिजली धारा दा ना ते परिभाषा, तुसी इन्ना लिखना छोटा जिहा क्योंकि दो पाठा विच ना ए पाठ अपना ए सी। बिजली धारा दा ऐसा इकाई मात्रक एम्पीयर है जिस नूं ए नाल प्रगटाया जांदा है। एम्पीयर जदों किसी चालक विचों एक सैकंड विच एक कॉलम चार्ज प्रभावित हुंदा है तां प्रयोग कीती गई बिजली धारा दी मात्रा नूं 1 एम्पीयर क्या जाता है। जिमें देख सकते हो 1A/1 कॉलम/1S। ठीक है, इस तरह तुम्हें लिख देना। तो अगला क्वेश्चन का पाठ का दूसरा अर्थ ही लिया दोस्तों। किसी चालक का प्रतिरोध किन कारक उत्ते निर्भर करता दोस्तों। सो तुम्हें 3 कारकों में निर्भर करता दोस्तों। तुम दस सकता किसी चालक के प्रतिरोध का निर्वहन किसी चालक का प्रतिरोध हेठ लिखे कारकों उत्ते निर्भर करता है। नंबर 1 चालक की लंबाई। किसी चालक का प्रतिरोध चालक की लंबाई के सीधा अनुपाती हुंदा है अर्थात R=I। ठीक है, तो लिखना लिख दो नहीं सीधा लिख दो सीधा अनुपाती हुंदा है। या दूसरा पॉइंट चालक की परिखेत्र काट खेत्र का खेत्रफल। किसी चालक का प्रतिरोध उसके परिखेत्र काट खेत्र के खेत्रफल का उल्ट अनुपाती हुंदा है। तो तीसरा पॉइंट लास्ट ते चालक दे पदार्थ दा प्रकृति। किसी चालक दा प्रतिरोध उस चालक दे पदार्थ दी प्रकृति ते निर्भर करता है। इन्हां सारे कारकां नूं जोड़न या संयोजित नाल प्राप्त हुंदा है। ते लास्ट वाला भी दोस्तों मैं तुहाडे लई इत्थे लिखिआ दोस्तों आ वाला इह क्वेश्चन सी अपना 15वां बुक चार क्वेश्चन होना है। देखिओ देख लिओ ते चंगी तरह भी क्वेश्चन कर लिओ दोस्तों। ठीक है, वैसे सोल्यूशन मैं पढ़ दिना, तुसी सोल्यूशन की लिखना थोड़ा मोटा मोटा दस देना। पहले बिजली लैंप लई पोटेंशियल हुंदा की है अंतर V=V1 अपने 220 वोल्ट। तो लैंप की शक्ति की हुंदा दोस्तों P=100 वोल्ट। मान लो कि प्रतिरोध R1 है तो P=B2×R। तो पहले लैंप की प्रतिरोध इस तरह तुसी लिख के दोस्तों B², तो इस तरह P सेम भरी जाना दोस्तों। मैं तुम्हें तो अगली वीडियो एक्सप्लेन करूँगा दोस्तों, तुम हले देख लो इस तरह करना दोस्तों। तो कापी तो उतार लियो दोस्तों कि मैं तो सवाल वांगू है दोस्तों, थोड़ा मैंने भी समझना पैना दोस्तों एक बार टीचर तो मैं तुम्हें समझा दूंगा। ठीक है दोस्तों, अगली वीडियो में किस तरह थोड़ा जो डिटेल से समझाए ना विद्यार्थी फिर वधिया रहिंदा। ठीक है दोस्तों, तो इन्ना का आंसर वैसे आ जाना लास्ट में 0.34A। सो दोस्तों ये सी अपना साइंस का पेपर विद्यु सॉल्व तुहानू करा दिता दोस्तों। ठीक है, तो ये बड़ी मेहनत लगती है दोस्तों। तो अपने फ्रेंडा भी सेंड करो तो उन्होंने भी वीडियो में लाइक कर दें सबसक्राइब करा लो चैनल दोस्तों। सो दोस्तों फाइनली 1 घंटे तो लगभग होने वाला भाई है। तो दोस्तों अपना सारा पेपर सॉल्व हो गया दोस्तों। जाने वाला चेक मैं छड़िया, बाकी सारे जाने वाला भी दोस्तों तुहानू कराया ही है। ठीक है, तो चैनल में दोस्तों सबसक्राइब कर लो दोस्तों। सो कोई होर पेपर तुहानू मिल जूगा, डिस्क्रिप्शन में लिंक मिलेगा दोस्तों। जिहड़ा पेपर पाया मैं दोस्तों पहलों तो वह तुम देख लियो दोस्तों। ठीक है दोस्तों, सो मिलते हैं नेक्स्ट वीडियो में।